ਸਤਿ ਸ੍ਰੀ ਅਕਾਲ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਪ੍ਰੋਗਰਾਮ ਭਗਤ ਦੇ ਮਸਲੇ ਬੱਚੇ ਜੀਆਂ ਆਖਦੇ ਆ। ਕੱਲ ਵੀ ਆਪਾਂ ਪ੍ਰੋਗਰਾਮ ਕੀਤਾ ਸੀ ਕਿਸਾਨਾਂ ਦੇ ਸੰਬੰਧ ਦੇ ਵਿੱਚ, ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਰੈਲੀ ਹੋ ਰਹੀ ਉਹਦੇ ਸੰਬੰਧ ਦੇ ਵਿੱਚ, ਤੇ ਕੱਲ ਵੀ ਆਪਾਂ ਗੱਲਬਾਤ ਕੀਤੀ ਕਿ ਸੁਪਰੀਮ ਕੋਰਟ ਨੂੰ ਕੀ ਕਰਨਾ ਚਾਹੀਦਾ। ਸੁਪਰੀਮ ਕੋਰਟ ਨੇ ਅੱਜ ਜਿਹੜਾ ਆਪਣਾ ਫੈਸਲਾ ਦਿੱਤਾ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕਾਨੂੰਨ ਆ ਇਹਨਾਂ ਤੇ ਰੋਕ ਲਾਉਂਦੇ ਹਾਂ, ਪਰ ਪਰਮਾਨੈਂਟ ਰੋਕ ਨਹੀਂ ਗੀ, ਸਿਰਫ ਜਿੱਦਾਂ ਆਰ ਜੀ ਰੋਕ ਆਪਾਂ ਇਹ ਕਹਿ ਸਕਦੇ ਹਾਂ। ਤੇ ਨਾਲ ਹੀ ਉਹਨਾਂ ਨੇ ਇੱਕ 4 ਮੈਂਬਰੀ ਕਮੇਟੀ ਬਣਾਈ ਆ, ਤੇ ਉਹਦੇ ਸੰਬੰਧ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹਦੇ ਸੰਬੰਧ ਦੇ ਵਿੱਚ, ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਜੋ ਪ੍ਰਤੀਕਰਮ ਆਇਆ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਅੱਜ ਸਾਡੇ ਮਹਿਮਾਨ ਹਨ ਬੀਬੀ ਦੀਪਿੰਦਰ ਕੌਰ ਜੋ ਐਡਵੋਕੇਟ ਹਨ, ਤੇ ਉਹਨਾਂ ਦੇ ਨਾਲ ਆਪਾਂ ਗੱਲ, ਸਾਡੇ ਨਾਲ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਦੀਪਿੰਦਰ ਜੀ, ਜਿੱਦਾਂ ਆਪਾਂ ਕੱਲ ਵੀ ਗੱਲਬਾਤ ਕੀਤੀ ਸੀਗੀ ਜਿਹੜਾ ਰੈਲੀ ਹੋ ਰਹੀ ਉਹਦੇ ਸੰਬੰਧ ਕੀਤੀ, ਪਰ ਅੱਜ ਆਪਾਂ ਕੱਲ ਜਿਹੜੀ ਸੁਪਰੀਮ ਕੋਰਟ ਦੀ ਗੱਲ ਕਰਦੇ ਸੀ, ਉਹਨਾਂ ਨੂੰ ਕੀ ਕਰਨਾ ਚਾਹੀਦਾ। ਅੱਜ ਜਿਹੜਾ ਉਹਨਾਂ ਨੇ ਫੈਸਲਾ ਲਿਆ ਤੇ ਜਿਹੜੀ ਇੱਕ 4 ਮੈਂਬਰੀ ਕਮੇਟੀ ਬਣਾਈ ਆ, ਤੇ ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਆ? ਜਿਹੜਾ ਫੈਸਲਾ ਸਹੀ ਲਿਆ ਉਹਨਾਂ ਨੇ ਜਾਂ ਕੁਝ ਹੋਰ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਆਵਾਜ਼ ਕੌਮ ਸਟੂਡੀਓ ਨੂੰ ਤੇ ਜਿਹੜੀ ਸੰਗਤ ਸਾਡੇ ਨਾਲ ਜੁੜੀ ਹੈ, ਸਾਰੇ ਸਰੋਤਿਆਂ ਨੂੰ। ਅੱਜ ਜਿਹੜਾ ਸੁਪਰੀਮ ਕੋਰਟ ਦਾ ਇਨਫੈਕਟ ਸਵੇਰੇ ਫੈਸਲਾ ਆਇਆ ਹੈ ਜੋ ਅਸੀਂ ਡਿਸਕਸ ਵੀ ਕਰਾਂਗੇ ਅੱਜ, ਇਹ ਕਿ ਇੰਪਲੀਮੈਂਟੇਸ਼ਨ ਆਫ ਦ ਲਾ ਜਿਹੜੀ ਹੈ ਉਹ ਫਿਲਹਾਲ ਜਿਹੜੀ ਹੈ ਹੋਲਡ ਤੇ ਛੱਡ ਦਿੱਤੀ ਗਈ ਹੈ, ਅੱਗੇ ਨਾ ਕਰੋ ਇਸਨੂੰ, ਫਿਲਹਾਲ ਹੋਲਡ ਤੇ ਕਰੋ। ਐਂਡ ਉਹਨਾਂ ਨੇ ਉਹ ਬਹੁਤ ਵਧੀਆ ਗੱਲਾਂ ਕਹੀਆਂ ਜੋ ਗਵਰਨਮੈਂਟ ਦੇ ਉੱਤੇ ਕਲੀਅਰਲੀ ਸ਼ੋਅ ਕਰਦਾ ਕਿ ਪ੍ਰੈਸ਼ਰ ਪੈ ਰਿਹਾ ਹੈ, ਕਿ ਉਹਨਾਂ ਨੇ ਗਵਰਨਮੈਂਟ ਹੈਜ਼ ਨਾਟ ਬੀਨ ਇਫੈਕਟਿਵ ਇਨ ਡੀਲਿੰਗ ਵਿਦ ਦ ਪ੍ਰੋਟੈਸਟ, ਵੀ ਉਹਨਾਂ ਨੇ ਜਿਹੜੀ ਗਵਰਨਮੈਂਟ ਹੈ ਉਹ ਫੇਲ ਹੋਈ ਹੈ ਪ੍ਰੋਟੈਸਟ ਇਫੈਕਟਿਵਲੀ ਐਕਟ ਕਰਨ ਲਈ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਐਟ ਦ ਮੋਮੈਂਟ ਇੰਪਲੀਮੈਂਟੇਸ਼ਨ ਆਫ ਲਾ ਹੋਲਡ ਤੇ ਕਰਦੇ ਹਾਂ, ਤੇ ਫੁੱਲ ਪ੍ਰੋਟੈਸਟ ਵੀ ਅੱਗੇ ਜਾਰੀ ਰੱਖੋ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਮਹਾਤਮਾ ਗਾਂਧੀ ਤੋਂ ਲੈ ਕੇ ਅੱਜ ਤੱਕ ਪ੍ਰੋਟੈਸਟ ਜਿਹੜੇ ਹੋਏ ਹੈ ਜੇ ਪੀਸਫੁਲ ਹੁੰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਆਪਣਾ ਪੀਸਫੁਲ ਪ੍ਰੋਟੈਸਟ ਜਾਰੀ ਰੱਖੋ। ਸੋ ਦਾ ਗਵਰਨਮੈਂਟ ਹੈਜ਼ ਟੈਰੀਬਲੀ ਫੇਲਡ ਟੂ ਇਫੈਕਟਿਵਲੀ ਐਕਟ ਔਨ ਦ ਬਿੱਲ ਔਰ ਔਨ ਦ ਪ੍ਰੋਟੈਸਟ। ਸੋ ਇਹ ਅੱਜ ਜੋ ਸੁਪਰੀਮ ਕੋਰਟ ਦਾ ਸਟੇਟਮੈਂਟ ਆਈ ਹੈ ਵਿਚ ਹੈਜ਼ ਗੋਇੰਗ ਫੋਰਵਰਡ ਵਿਦ ਦ ਫਾਰਮਰਸ, ਬਟ ਇਹਦੇ ਕਾਫੀ ਅੱਗੇ ਅਸੀਂ ਚਰਚਾ ਕਰਾਂਗੇ, ਕਾਫੀ ਅੱਗੇ ਫਾਰਮਰਸ ਦਾ ਵੀ ਅੱਗੇ ਕੀ ਫੀਡਬੈਕ ਹੈ ਇਨ ਟਰਮਸ ਆਫ ਦਿਸ ਸੁਪਰੀਮ ਕੋਰਟ ਸਟੇਟਮੈਂਟ। ਠੀਕ ਹੈ, ਤੇ ਤੁਸੀਂ ਜਿੱਦਾਂ ਐਜ਼ ਐਡਵੋਕੇਟ ਕੀ ਸੋਚਦੇ ਹੋ ਵੀ ਇਹ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੈ ਜਾਂ ਸਰਕਾਰ ਦੇ ਹੱਕ ਵਿੱਚ? ਦੇਖੋ ਜੀ, ਸਭ ਤੋਂ ਪਹਿਲਾਂ ਜਦੋਂ ਸੁਪਰੀਮ ਕੋਰਟ ਨੇ ਇਫੈਕਟਿਵਲੀ ਇਹ ਸਟੇਟਮੈਂਟ ਦਿੱਤੀ ਹੈ, ਦਿਸ ਸਿਗਨੀਫਾਈਜ਼ ਦ ਗਵਰਨਮੈਂਟ ਹੈਜ਼ ਕਲੀਅਰਲੀ ਫੇਲਡ, ਰਾਈਟ? ਓਕੇ, ਦ ਗਵਰਨਮੈਂਟ ਐਂਡ ਦ ਸਟੇਟ ਗਵਰਨਮੈਂਟ ਹੈਜ਼ ਕਲੀਅਰਲੀ ਫੇਲਡ ਟੂ ਐਕਸੈਪਟ ਦ ਪ੍ਰੋਟੈਸਟ, ਸੋ ਦਿਸ ਇਜ਼ ਟੂ ਡਾਈਵਰਸੀਫਾਈ ਦ ਇਸ਼ੂ, ਟੂ ਡਾਈਲਿਊਟ ਦ ਇਸ਼ੂ। ਇਹ ਡਾਈਲਿਊਟ ਕਰਨ ਲਈ ਵੀ ਇਸ਼ੂ ਕੀਤੀ ਗਈ ਹੈ ਸਟੇਟਮੈਂਟ, ਜੋ ਫਾਰਮਰ ਇਹ ਮੇਨ ਮੁੱਦਾ ਫਾਰਮਰਸ ਦਾ ਹੁਣ ਜਿਹੜਾ ਮੇਨ ਡਿਸਪਿਊਟ ਆਫਟਰ ਸੁਪਰੀਮ ਕੋਰਟ ਸਟੇਟਮੈਂਟ ਆਇਆ ਹੈ ਕਿ ਸਾਨੂੰ ਇਹ ਜਿਹੜੀ ਸਟੇਟਮੈਂਟ ਲੱਗ ਰਹੀ ਹੈ ਇਹ ਇਸ ਲਈ ਕੱਢੀ ਗਈ ਹੈ ਤਾਂ ਕਿ ਇਹ ਮੁੱਦਾ ਥੋੜਾ ਡਾਈਲਿਊਟ ਹੋ ਜਾਏ, ਥੋੜਾ ਕਾਮ ਡਾਊਨ ਹੋ ਜਾਏ, ਕਿਉਂਕਿ ਉਹਨਾਂ ਦੀ ਪੀਕ ਤੇ ਪਹੁੰਚ ਚੁੱਕੀ ਹੈ ਪ੍ਰੋਟੈਸਟ। ਅੱਜ ਜਿਹੜਾ ਡੇ ਹੈ ਇਹ 47th ਡੇ ਆਫ ਦੇਅਰ ਪ੍ਰੋਟੈਸਟ ਹੈ, ਤੇ ਨੇ ਕਲੀਅਰਲੀ ਅੱਜ ਕਿਹਾ ਕਿ ਸਾਨੂੰ ਇੱਕ ਕਮੇਟੀ ਦਾ ਏਜੰਡਾ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਕਮੇਟੀ ਬਿਠਾਈ ਗਈ ਸੀ ਜਾਏਗੀ ਤੇ ਤੁਸੀਂ ਨੈਗੋਸ਼ੀਏਟ ਕਰੋ, ਇਹ ਫਾਰਮਰ ਕਹਿੰਦੇ ਦਿਸ ਇਜ਼ ਕਲੀਅਰਲੀ ਟੂ ਡਾਈਲਿਊਟ ਦ ਪ੍ਰੋਸੈਸ, ਕਿਉਂਕਿ ਜਦੋਂ ਕੋਈ ਵੀ ਕਮੇਟੀ ਬੈਠਦੀ ਹੈ ਦ ਪ੍ਰੋਸੈਸ ਇਜ਼ ਮੀਡੀਏਸ਼ਨ, ਐਂਡ ਮੀਡੀਏਸ਼ਨ ਇਜ਼ ਅ ਪ੍ਰੋਸੈਸ ਆਫ ਨਿਊਟਰਲ ਡਿਸਪਿਊਟ ਰੈਜ਼ੋਲਵਮੈਂਟ, ਮਤਲਬ ਕਿ ਇੱਕ ਪਾਰਟੀ ਤੇ ਦੂਜੇ ਪਾਰਟੀ ਦੇ ਡਿਸਪਿਊਟ ਦੇ ਮੁੱਦਿਆਂ ਨੂੰ ਸੁਣਿਆ ਜਾਂਦਾ ਤੇ ਬਾਅਦ ਹੱਲ ਕੱਢਿਆ ਜਾਂਦਾ, ਤੇ ਕਲੀਅਰ ਜਿਹੜੇ ਫਾਰਮਰਸ ਨੇ ਉਹਨਾਂ ਦਾ ਇੱਕੋ ਹੀ ਮੁੱਦਾ ਹੈ, ਔਰ ਜਿਹੜੇ ਉਹ ਅੱਜ ਵੀ ਖੜੇ ਨੇ ਇਸ ਮੁੱਦੇ ਤੇ ਕਿ ਸਾਡਾ MSP ਜਿਹੜਾ ਹੈ ਉਹ ਲਾਗੂ ਕਰੋ, ਉਹ ਲਾ ਬਣਾਓ, ਸਾਨੂੰ ਗਰੰਟੀ ਦਿਓ ਕਿ ਇਹ ਲਾ ਰੀਅਪੀਲ ਹੋਣਗੇ ਪਾਰਲੀਮੈਂਟ ਜਾ ਕੇ, ਸਾਨੂੰ ਕੋਈ ਨੈਗੋਸ਼ੀਏਸ਼ਨ ਨਹੀਂ ਚਾਹੀਦੀ। ਠੀਕ ਹੈ, ਤੇ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ 4 ਮੈਂਬਰੀ ਕਮੇਟੀ ਬਣਾਈ ਆ ਤੇ ਕਿਸਾਨਾਂ ਨੂੰ ਵੀ ਕਿਹਾ ਕਿ ਤੁਸੀਂ ਇਹਦੇ ਚ ਧਿਰ ਬਣੋ ਜਾਂ ਇਹਦੇ ਚ ਪਾਰਟਿਸਿਪੇਟ ਕਰੋ ਜਾਂ ਆਪਣੇ ਉਹ ਜਿਹੜੀ ਕਮੇਟੀ ਦਾ ਥੋੜਾ ਜਿਹਾ ਦੱਸੋਗੇ ਤੁਸੀਂ ਆਪਣੇ ਤੌਰ ਤੇ ਵੀ ਉਹ ਕਮੇਟੀ ਸੁਪਰੀਮ ਕੋਰਟ ਨੇ ਕਿਉਂ ਬਣਾਈ ਆ ਤੇ ਕੀ ਕਰੂਗੀ ਉਹ ਕਮੇਟੀ? ਹਾਂਜੀ, ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਕਿ ਜਿਹੜੀ ਕਮੇਟੀ ਬਿਠਾਈ ਜਾਂਦੀ ਹੈ ਉਹ ਇਸ ਲਈ ਬਿਠਾਈ ਜਾਂਦੀ ਹੈ ਜਦੋਂ ਵੀ ਦੋ ਪਾਰਟੀਜ਼ ਵਿੱਚ ਡਿਸਪਿਊਟ ਹੁੰਦਾ ਹੈ ਉਹ ਕਮੇਟੀ ਨਿਊਟਰਲਾਈਜ਼ ਕਰਦੀ ਹੈ ਉਸ ਡਿਸਪਿਊਟ ਨੂੰ, ਉਹ ਦੋਨੋਂ ਪਾਰਟੀਜ਼ ਦੇ ਪੱਖ ਨੂੰ ਸੁਣਦੀ ਹੈ ਤੇ ਉਸਨੂੰ ਨਿਊਟਰਲ
ਡਿਸਕਸ ਕਰਦੀ ਹੈ ਤੇ ਇਸ ਕਮੇਟੀ ਨੂੰ ਜਿਹੜੇ ਮੈਂਬਰਸ ਬਿਠਾਏ ਗਏ ਇਹ ਪ੍ਰੈਸ ਕਾਨਫਰੰਸ ਵੀ ਪੁੱਛਿਆ ਗਿਆ ਫਾਰਮਰਸ ਨੂੰ ਕਿ ਤੁਹਾਡਾ ਕੀ ਕਹਿਣਾ ਹੈ ਇਸ ਕਮੇਟੀ ਬਾਰੇ ਤੇ ਉਹਨਾਂ ਨੇ ਕਿਹਾ ਭਾਵੇਂ ਇਹ ਚਾਰ ਮੈਂਬਰਸ ਹੋਣ ਜਿਨ੍ਹਾਂ ਦੇ ਨਾਮ ਉਹਨਾਂ ਨੇ ਸਪੈਸੀਫਿਕਲੀ ਐਕਸਪਲਿਸਿਟਲੀ ਲਏ ਜਾਂ ਨਾ ਹੋ ਉਹ ਕਹਿੰਦੇ ਸਾਨੂੰ ਮੈਂਬਰਸ ਨਾਲ ਕੋਈ ਮਤਲਬ ਨਾ ਸਾਨੂੰ ਕਮੇਟੀ ਨਾਲ ਮਤਲਬ ਹੈ ਜੇ ਕਮੇਟੀ ਹੀ ਬਿਠਾਣੀ ਹੁੰਦੀ ਤਾਂ ਉਹ ਕਹਿੰਦੇ 45 ਦਿਨ ਸੜਕਾਂ ਉੱਤੇ ਆਪਣੀਆਂ ਮੰਗਾਂ ਕਿਉਂ ਰੱਖਦੇ ਮੰਗਾਂ ਰੱਖਣ ਦਾ ਕਾਰਨ ਇਹੀ ਹੈ ਕਿ ਅਸੀਂ ਨੈਗੋਸ਼ੀਏਟ ਨਹੀਂ ਕਰਨਾ ਚਾਹੁੰਦੇ ਅਸੀਂ ਰੀਅਪੀਲ ਕਰਨਾ ਚਾਹੁੰਦੇ ਹਾਂ ਲਾਜ਼ ਨੂੰ ਪਾਰਲੀਮੈਂਟ ਚ ਜਾ ਕੇ ਤਾਂ ਕਿ ਸਾਨੂੰ ਗਵਰਨਮੈਂਟ ਨੂੰ ਇੱਕ ਸਾਡੇ ਲਈ ਆਨਸਰ ਹੋਵੇ ਨਾ ਕਿ ਡਿਲੂਟ ਕਰ ਦੇਣ ਕਮੇਟੀ ਨੂੰ ਬਿਠਾਉਣ ਮਤਲਬ ਜਿੱਦਾਂ ਕਿ ਕਮੇਟੀਆਂ ਬਣਾ ਕੇ ਉਹਨੂੰ ਮਸਲੇ ਨੂੰ ਲੰਮੇ ਵਾਸਤੇ ਵਿੱਚ ਪਾ ਦਿੱਤਾ ਜਾਂਦਾ ਤੇ ਮੁੜ ਕੇ ਕਈ ਕਈ ਸਾਲ ਉਹਦੇ ਫੈਸਲੇ ਨਹੀਂ ਆਉਂਦੇ ਤੇ ਇਹ ਇੱਕ ਇਸ ਤਰ੍ਹਾਂ ਦਾ ਤਰੀਕਾ ਸੁਪਰੀਮ ਕੋਰਟ ਨੇ ਵਰਤਿਆ ਜਾਂ ਇਹਦੇ ਪਿੱਛੇ ਸਰਕਾਰ ਦਾ ਵੀ ਕੋਈ ਹੱਥ ਹੈਗਾ ਤੁਸੀਂ ਬਿਲਕੁਲ ਸਹੀ ਕਿਹਾ ਇਹ ਉਹਨਾਂ ਨੇ ਵੀ ਕਿਹਾ ਫਾਰਮਰਸ ਨੇ ਕਿ ਇਹ ਕਲੀਅਰਲੀ ਜਿਵੇਂ ਹੀ ਤੁਸੀਂ ਕਹਿ ਰਹੇ ਹੋ ਕਿ ਇਹ ਕਮੇਟੀਆਂ ਬਿਠਾਈਆਂ ਜਾਂਦੀਆਂ ਨੇ ਤਾਂ ਕਿ ਕਮੇਟੀਆਂ ਵਿੱਚ ਫਾਰਮਰਸ ਨਾਲ ਡਿਸਪਿਊਟ ਜਾਰੀ ਰਵੇ ਬਹਿਸਬਾਜ਼ੀ ਜਾਰੀ ਰਵੇ ਇਹਦਾ ਹੱਲ ਕੋਈ ਨਿਕਲੇ ਨਾ ਤੇ ਸਟੇਟ ਗਵਰਨਮੈਂਟ ਆਪਣੀ ਅਲੱਗ ਹੋ ਜਾਵੇ ਸਾਰੇ ਮੁੱਦੇ ਵੈਲਿਊਟ ਹੋ ਜਾਣ ਤੇ ਪ੍ਰੋਟੈਸਟ ਦੀ ਕੋਈ ਵੈਲਿਊ ਨਾ ਰਵੇ ਇਸ ਕਰਕੇ ਹੁਣ ਇਹ ਕਮੇਟੀ ਜਿਹੜੀ ਨੈਗੋਸ਼ੀਏਸ਼ਨ ਪ੍ਰੋਸੈਸ ਇਟਸ ਅ ਮੀਡੀਏਸ਼ਨ ਪ੍ਰੋਸੈਸ ਜੋ ਕਲੀਅਰਲੀ ਰਾਜੇਵਾਲ ਜਿਹੜੇ ਮਿਸਟਰ ਰਣਵੀਰ ਸਿੰਘ ਰਾਜੇਵਾਲ ਹਾਂਜੀ ਸਿੰਘ ਰਾਜੇਵਾਲ ਉਹਨਾਂ ਨੇ ਕਲੀਅਰਲੀ ਕਿਹਾ ਕਿ ਅਸੀਂ ਇਸ ਕਮੇਟੀ ਨੂੰ ਜਾਂ ਕੋਈ ਵੀ ਕਮੇਟੀ ਹੁੰਦੀ ਕਿਸੇ ਫਾਰਮ ਦੀ ਅਸੀਂ ਤਾਂ ਫੇਵਰ ਦੇ ਕਿਉਂਕਿ ਇਹ ਕਮੇਟੀਆਂ ਜਿਹੜੀਆਂ ਨੇ ਉੱਥੇ ਹੀ ਸਾਨੂੰ ਖੜੇ ਕਰ ਦੇਣਗੀਆਂ ਜਿੱਥੋਂ ਅਸੀਂ ਮੁੱਦੇ ਤੋਂ ਸ਼ੁਰੂ ਹੋਏ ਹਾਂ ਸਾਡਾ ਮੁੱਦਾ ਜਿਹੜਾ ਹੈ ਉਹ ਹੈ MSP ਜਾਂ ਲਾਜ਼ ਜਾਂ ਜਿਹੜੇ ਸਾਡੀ ਕੁਐਸਚਨੇਬਲ ਸਟੇਟਮੈਂਟਸ ਨੇ ਫੰਡਾਮੈਂਟਲ ਰਾਈਟਸ ਦੇ ਸਾਡਾ ਮੁੱਦਾ ਕੋਈ ਕਮੇਟੀ ਦੇ ਵਿੱਚ ਬਿਠਾ ਕੇ ਕੋਈ ਡਿਸਪਿਊਟ ਜਾਂ ਨੈਗੋਸ਼ੀਏਸ਼ਨ ਕਰਨ ਦਾ ਨਹੀਂ ਹੈ ਹਾਂਜੀ ਤੇ ਜਿਸ ਤਰ੍ਹਾਂ ਹੁਣ ਲੋਕਾਂ ਦੇ ਵੀ ਪ੍ਰਤੀਕਰਮ ਆ ਰਹੇ ਬਹੁਤ ਦੇਸ਼ ਵਿਦੇਸ਼ ਤੋਂ ਵੀ ਜਿੱਥੇ ਜਿੱਥੇ ਬੈਠੇ ਆ ਫਿਕਰਮੰਦ ਆ ਕਿਸਾਨਾਂ ਨੂੰ ਵੀ ਸਲਾਹਾਂ ਦੇ ਰਹੇ ਆ ਬਈ ਤੁਸੀਂ ਕਿਤੇ ਬਿਲਕੁਲ ਏਦਾਂ ਨਾ ਹੋਵੇ ਕਿ ਤੁਸੀਂ ਇਹਨਾਂ ਦੀ ਗੱਲ ਮੰਨ ਕੇ ਜਿਹੜੀ ਸੁਪਰੀਮ ਕੋਰਟ ਨੇ ਕਹੀ ਆ ਤੇ ਘਰਾਂ ਨੂੰ ਚੱਲ ਜਾਓ ਤੇ ਮੋਰਚਾ ਖਤਮ ਕਰ ਦੋ ਵੈਸੇ ਤਾਂ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਪ੍ਰਤੀਕਰਮ ਦੇ ਹੀ ਦਿੱਤਾ ਜਿੱਦਾਂ ਤੁਸੀਂ ਵੀ ਦੱਸਿਆ ਪ੍ਰੈਸ ਕਾਨਫਰੰਸ ਕਰਕੇ ਵੀ ਦਿੱਤਾ ਤੇ ਇੱਕ ਸੁਪਰੀਮ ਕੋਰਟ ਨੇ ਵੀ ਇਹ ਨਾਲ ਹੀ ਕਹਿ ਦਿੱਤਾ ਕਿ ਤੁਸੀਂ ਜਿਹੜਾ ਪ੍ਰੋਟੈਸਟ ਕਰ ਸਕਦੇ ਹੋ ਤੇ ਹੁਣ ਜਿਹੜਾ 15 ਤਰੀਕ ਦੀ ਮੀਟਿੰਗ ਉਹ ਹੋਊਗੀ ਉਹਦੇ ਵਿੱਚ ਹੁਣ ਕੀ ਹੋਊਗਾ ਜੇ ਸਰਕਾਰ ਨਾਲ ਮੀਟਿੰਗ ਹੁੰਦੀ ਹੈ ਇੱਥੇ ਬੇਸਿਕਲੀ ਉਹ ਇਹੀ ਕਹਿ ਰਹੇ ਸੀ ਕਿ ਜਿਹੜੀ ਕਮੇਟੀ ਬੈਠ ਰਹੀ ਹੈ ਉਹ ਰੀਟਰੇਟ ਕਰ ਰਹੀ ਹੈ ਲਾਜ਼ ਨੂੰ ਵੀ ਗਵਰਨਮੈਂਟ ਦੇ ਲਾਜ਼ ਨੂੰ ਉਹ ਦੁਬਾਰਾ ਸਾਨੂੰ ਉਹੀ ਰਿਪੀਟ ਕਰਕੇ ਲਾਜ਼ ਨੂੰ ਦੱਸ ਰਹੇ ਤਾਂ ਹੀ ਉਹ ਕਹਿੰਦੇ ਕਿ ਅਸੀਂ ਕਮੇਟੀ ਦੇ ਮਾਮਲੇ 'ਚ ਨਹੀਂ ਜਾਣਾ ਜਿਹੜੀ 15 ਤਰੀਕ ਦੀ ਮੀਟਿੰਗ ਹੈ ਤੇ ਇਨਫੈਕਟ ਕਿ 26 ਜਨਵਰੀ ਦੀ ਵੀ ਉਹਨਾਂ ਨੇ ਕਲੀਅਰਲੀ ਕਿਹਾ ਕਿ ਅਸੀਂ ਕੋਈ ਕਿਲਾ ਫਤਿਹ ਨਹੀਂ ਕਰਨਾ ਨਾ ਜੰਗ ਕਰਨੀ ਹੈ ਅਸੀਂ ਇੱਕ ਪੀਸਫੁਲ ਪ੍ਰੋਟੈਸਟ ਨੂੰ ਹੁਣ ਵੀ ਜਾਰੀ ਰੱਖਿਆ ਅੱਗੇ ਵੀ ਜਾਰੀ ਰੱਖਾਂਗੇ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਉਹ ਅਸੀਂ ਦਸ ਤੋਂ ਮਸ ਨਹੀਂ ਹੋਵਾਂਗੇ ਅਸੀਂ ਆਪਣੀ ਮੰਗਾਂ ਸਰਕਾਰ ਨੂੰ ਕਲੀਅਰਲੀ ਐਕਸਪਲਿਸਿਟਲੀ ਕਹਿ ਦਿੱਤੀਆਂ ਨੇ ਅਸੀਂ ਕਮੇਟੀ ਦੇ ਵਿੱਚ ਨੈਗੋਸ਼ੀਏਸ਼ਨ ਤੇ ਡਿਸਪਿਊਟ ਰੈਜ਼ੋਨਮੈਂਟ ਵਿੱਚ ਨਹੀਂ ਪੈਣਾ ਤੇ ਮੈਨੂੰ ਇਹ ਜਿਹੜੀ ਕਮੇਟੀ ਬੈਠੀਗੀ ਇਹਦਾ ਲੌਂਗ ਰਨ ਚ ਨਹੀਂ ਹੋਣ ਵਾਲਾ ਕਿਉਂਕਿ ਜੇ ਕਮੇਟੀਆਂ ਬੈਠਾ ਕੇ ਹੋਣਾ ਹੁੰਦਾ ਤਾਂ ਇਹ ਕਦੇ ਸਰਕਾਰ ਨਾਲ ਨੈਗੋਸ਼ੀਏਟ ਕਰ ਚੁੱਕੇ ਹੁੰਦੇ ਪਰ ਇਹ ਆਪਣੇ ਸਟੈਂਡ ਤੇ ਬਹੁਤ ਕਲੀਅਰ ਨੇ ਤੇ ਇਸੇ ਕਰਕੇ ਮੈਨੂੰ ਲੱਗਦਾ ਸੁਪਰੀਮ ਕੋਰਟ ਹੈਡ ਟੂ ਇਫੈਕਟਿਵਲੀ ਟੇਕ ਅ ਡਿਸੀਜਨ ਔਨ ਦ ਇੰਪਲੀਮੈਂਟੇਸ਼ਨ ਆਫ ਦ ਲਾਜ਼ ਐਂਡ ਹੋਲਡਿੰਗ ਦ ਲਾਜ਼ ਸੋ ਆਈ ਥਿੰਕ ਬਹੁਤ ਵੱਡਾ ਕਾਰਨ ਹੈ ਕਿ ਇਸ ਨੇ ਉਹਨਾਂ ਨੂੰ ਇਤਨਾ ਦਬਾਅ ਪਾ ਦਿੱਤਾ ਪੂਰੇ ਇਨਵਾਇਰਮੈਂਟ ਤੇ ਕਿ ਸੁਪਰੀਮ ਕੋਰਟ ਨੂੰ ਅੱਜ ਇਹ ਇੰਪਲੀਮੈਂਟੇਸ਼ਨ ਆਫ ਦ ਲਾਜ਼ ਔਨ ਹੋਲਡ ਰੱਖਣਾ ਪਿਆ ਦੀਪਿੰਦਰ ਜੀ ਜਿੱਦਾਂ ਮਤਲਬ ਜਿਹੜੇ ਚਾਰੇ ਹੀ ਮੈਂਬਰ ਲਏ ਆ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਆ ਚਲੋ ਜੀ ਆਪਾਂ ਮੰਨ ਵੀ ਲਈਏ ਉਹ ਜਿਹੜੀ ਕਮੇਟੀ ਦੇ ਵਿੱਚ ਮੈਂਬਰ ਲਏ ਆ ਉਹਨਾਂ ਦੇ ਬਾਰੇ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਜ਼ਿਆਦਾ ਤੇ ਇਹ ਆ ਰਿਹਾ ਕਿ ਸਾਰੇ ਜਿੱਦਾਂ ਪ੍ਰੋ ਜਿਹੜੇ ਆ ਸਰਕਾਰ ਦੇ ਆ ਸਰਕਾਰ ਪੱਖੀ ਇਹ ਬੰਦੇ ਆ ਕੋਈ ਵੀ ਇਹੋ ਜਿਹਾ ਬੰਦਾ ਉਹਨਾਂ ਨੇ ਲਿਆ ਨੀ ਜਿਹੜਾ ਕਿ ਸਾਂਝਾ ਹੋਵੇ ਜਿਹਨੂੰ ਇਹ ਕਿਹਾ ਜਾ ਸਕੇ ਕਿ ਹਾਂ ਕਿਸਾਨਾਂ ਦੇ ਹੱਕ ਦੀ ਗੱਲ ਕਰੂਗਾ ਇਸ ਕਰਕੇ ਵੀ ਜਿਹੜਾ ਕਿਸਾਨਾਂ ਦੇ ਪੈਸੇ ਰੱਦ ਹੀ ਕਰ ਦਿੱਤਾ ਵੀ ਅਸੀਂ ਉਹਦੇ ਕੋਈ ਪਾਰਟੀਸਪੇਟ ਨਹੀਂ ਬਣਨਾ ਪਰ ਫੇਰ ਵੀ ਜੇ ਸੁਪਰੀਮ ਕੋਰਟ ਨੇ ਕਮੇਟੀ ਬਣਾਉਣੀ ਸੀ ਤੇ ਉਹਨਾਂ ਨੂੰ ਮਤਲਬ ਇੱਕ ਸਾਂਝੇ ਬੰਦੇ ਲੈਣੇ ਚਾਹੀਦੇ ਸੀ ਜਾਂ ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਕਿ ਉਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਰੀਟਰੇਟ ਕਰ ਰਹੇ ਨੇ ਲਾਜ਼ ਨੂੰ ਬੇਸਿਕਲੀ ਗਵਰਨਮੈਂਟ ਦੀ ਗੱਲ ਹੀ ਦੁਬਾਰਾ ਕਹਿ ਰਹੇ ਨੇ ਉਹਨਾਂ ਨੂੰ ਕਿ ਤੁਸੀਂ ਇਹ ਗੱਲ ਹੈ ਇਹ ਵਿਚੋਲੇ ਬਿਠਾ ਕੇ ਵੀ ਉਹਨਾਂ ਦੇ ਹਿੱਸੇ ਦੀ ਗੱਲ ਹੋ ਰਹੀ ਹੈ ਤਾਂ ਇਸ ਕਮੇਟੀ ਦਾ ਜਿਹੜਾ ਫਾਇਦਾ ਹੁੰਦਾ ਹੈ ਨਿਊਟਰਲ ਵੈਸੇ ਤਾਂ ਨਿਊਟਰਲ ਮੀਡੀਏਸ਼ਨ ਇਜ਼ ਆਲਵੇਸ ਅ ਨਿਊਟਰਲ ਪ੍ਰੋਸੈਸ ਕਿ ਵੀ ਸੁਣੀ ਜਾਵੇ ਤੇ ਉਧਰ ਦੀ ਵੀ ਸੁਣੀ ਜਾਵੇ ਬਟ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਹੱਥ ਇੱਕੋ ਗੱਲ ਕਹਿੰਦੇ ਨੇ ਕਿ ਅਸੀਂ ਨਾ ਕਿਸੇ ਨੈਗੋਸ਼ੀਏਸ਼ਨ ਚ ਜਾਣਾ ਨਾ ਅਸੀਂ
ਤੋੜ ਚ ਜਾਣਾ ਕਿ ਇਹ ਲਾਅ ਇੰਪਲਾਈ ਕਰ ਦੋ, ਸੈਕਿੰਡ ਵਾਲਾ ਨਾ ਕਰੋ, ਸਾਡੀ ਐਮ ਐਸ ਪੀ ਨੂੰ ਛੱਡ ਦੋ, ਇਹਨੂੰ ਨਾ ਕਰੋ। ਉਹਨਾਂ ਨੇ ਇੱਕੋ ਮੰਗ ਰੱਖੀ ਹੈ ਕਿ ਹਾਂਜੀ, ਤੇ ਜਾਂ ਫਿਰ ਤੁਸੀਂ ਐਮ ਐਸ ਪੀ ਨੂੰ ਲਾਅ ਚ ਗਾਰੰਟੀ ਕਰ ਦੋ ਸਾਨੂੰ ਤੇ ਮਿਨੀਮਮ ਸਪੋਰਟ ਪ੍ਰਾਈਸ। ਸੋ ਦੇ ਆਰ ਵੈਰੀ ਕਲੀਅਰ ਇਨ ਵਟ ਦੇ ਵਾਂਟ, ਐਂਡ ਆਈ ਥਿੰਕ ਬਾਈ ਫਾਰ ਦ ਕਮੇਟੀ ਵੁੱਡ ਬੀ ਅ ਵੈਰੀ ਹਾਰਡ ਪ੍ਰੋਸੈਸ ਟੂ ਗੋ ਫਰਦਰ। ਠੀਕ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਕਿਸਾਨ ਤੇ ਜਿੱਦਾਂ ਚਲੋ ਉਹਨਾਂ ਨੂੰ ਆਪਣੇ ਜਿਹੜੇ ਇੰਨਾ ਲੰਮਾ ਸੰਘਰਸ਼ ਲੜਿਆ, ਆਣਨਾ ਵੀ ਚਾਹੀਦਾ ਤੇ ਖੜਨਾ ਵੀ ਚਾਹੀਦਾ, ਕੋਈ ਜਿਹੜਾ ਵਿਚਲਾ ਸਮਝੌਤਾ ਜੇ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਪਰ ਜਿਹੜੇ ਲੋਕ ਆ ਜਾਂ ਆਪਣੀ ਪੂਰੀ ਦੁਨੀਆ ਦੀਆਂ ਨਿਗਾਹ ਲੱਗੀਆਂ ਸੀਗੀਆਂ ਕਿ ਸੁਪਰੀਮ ਕੋਰਟ ਦਾ ਫੈਸਲਾ ਸ਼ਾਇਦ ਆਊਗਾ ਤੇ ਉਹ ਮੁੱਢੋਂ ਜਿਹੜੇ ਕਾਨੂੰਨ ਰੱਦ ਕਰ ਦੇਣਗੇ ਤੇ ਲੋਕੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ, ਪਰ ਨਹੀਂ, ਉਹ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਮੁੜ ਕੇ ਉਹਨਾਂ ਨੇ ਜਿੱਦਾਂ ਇੱਕ ਕਹਿੰਦੇ ਹੁੰਦੇ ਆ ਪੰਜਾਬੀ ਚ ਕਹਾਵਤ ਆ ਵੀ ਕੰਨ ਫੜਨੇ ਆ ਕਈ ਵਾਰੀ, ਵੀ ਉਹ ਕੰਨਾਂ ਲੱਤਾਂ ਥੱਲਿਓਂ ਦੀ ਨਹੀਂ ਫੜਨੇ ਤੇ ਸਿੱਧੇ ਫੜ ਲਓ। ਬਿਲਕੁਲ ਹਾਂਜੀ, ਹੈਲੋ ਹਾਂਜੀ, ਮਤਲਬ ਉਹਨਾਂ ਨੇ ਮੋੜ ਘੇੜ ਕੇ ਗੱਲ ਜਿੱਦਾਂ ਉੱਥੇ ਦੀ ਉੱਥੇ ਰੱਖੀ ਆ ਤੇ ਜਿੱਦਾਂ ਅੱਖਾਂ ਪੂੰਝਣ ਵਾਲੀ, ਜਾਂ ਲੋਕ ਇਹਨਾਂ ਨੂੰ ਏਦਾਂ ਲੱਗੂਗਾ ਕਿ ਹਾਂ ਲੋਕ ਕਹਿਣਗੇ ਦੇਖੋ ਜੀ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਵਧੀਆ ਆ ਗਿਆ, ਚਲੋ ਹੁਣ ਆਪਾਂ ਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ। ਹੋ ਸਕਦਾ ਕੁਝ ਬੰਦੇ ਜਾਂ ਕੁਝ ਜਥੇਬੰਦੀਆਂ ਏਦਾਂ ਵੀ ਸੋਚਦੀਆਂ ਹੋਣ। ਹਾਂਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ, ਉਹਨਾਂ ਨੂੰ ਲੱਗਿਆ ਸੀਗਾ, ਪਰ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਇਹ ਕਿਸਾਨਾਂ ਨੂੰ ਕਲੀਅਰ ਹੋ ਗਿਆ ਕਿ ਉਹ ਸਹੀ ਡਾਇਰੈਕਸ਼ਨ ਚ ਜਾ ਰਹੇ ਨੇ, ਕਿਉਂਕਿ ਇੰਪਲੀਮੈਂਟੇਸ਼ਨ ਔਨ ਦ ਹੋਲਡ ਨਾ ਰੱਖੀ ਜਾਂਦੀ ਤਾਂ ਉਹ ਤਾਂ ਹੁਣ ਤੱਕ ਕੋਈ ਸੁਪਰੀਮ ਕੋਰਟ ਤੋਂ ਇਲਾਵਾ ਗਵਰਨਮੈਂਟ ਨੇ ਤਾਂ ਆਪਣਾ ਕੋਈ ਐਕਸ਼ਨ ਨਹੀਂ ਲਿਆ, ਨਾ ਉੱਥੇ ਪਹੁੰਚੇ ਨੇ, ਨਾ ਕੁਛ ਕੋਲੈਬੋਰੇਟਿਵ ਅਪਰੋਚ ਹੋਈ ਹੈ, ਨਾ ਕੁਛ ਹੋਇਆ। ਇਹ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਜਿਹੜਾ ਪ੍ਰੋਟੈਸਟ ਹੈ, ਸਾਡਾ ਸੰਘਰਸ਼ ਹੈ, ਉਹ ਸਹੀ ਡਾਇਰੈਕਸ਼ਨ ਵਿੱਚ ਜਾ ਰਿਹਾ, ਕਿਉਂਕਿ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੋਰ ਵੀ ਉਹਨਾਂ ਦੀ ਦ੍ਰਿੜਤਾ ਆ ਗਈ ਹੈ ਕਿ ਅਸੀਂ ਕਮੇਟੀ ਚ ਨਹੀਂ ਜਾਣਾ, ਜੇ ਪ੍ਰੈਸ਼ਰ ਪੈ ਰਿਹਾ ਇਹ ਡਾਇਵਰਟ ਕਰਨ ਨੂੰ ਪੈ ਰਿਹਾ, ਡਾਇਲੂਟ ਕਰਨ ਨੂੰ ਪੈ ਰਿਹਾ, ਇਹ ਮੁੱਦੇ ਤੋਂ ਭੜਕਾਉਣ ਲਈ ਪੈ ਰਿਹਾ, ਵਿੱਚੋਂ ਉਹਨਾਂ ਨੇ ਆਪਣੇ ਹੀ ਮੁੱਦੇ ਕਮੇਟੀ ਦੇ ਸ਼ੁਰੂ ਕਰ ਦੇਣੇ ਤਾਂ ਕਿ ਉਹ ਡਿਸਪਿਊਟ ਜਿਹੜਾ ਵਿਦ ਇਨ ਦ ਕਮੇਟੀ ਐਂਡ ਫਾਰਮਰਸ ਰਹਿ ਜਾਏ, ਵਿਚ ਵਿਲ ਡਾਇਲੂਟ ਦ ਹੋਲ ਸਿਨਾਰੀਓ। ਸੋ ਆਈ ਥਿੰਕ ਦਿਸ ਹੈਜ਼ ਬੀਨ ਡਨ ਪ੍ਰਾਈਮਰੀਲੀ ਬਿਕੋਜ਼ ਇਹ ਡਾਇਲੂਟ ਹੋ ਜਾਏ, ਖਾਸ ਕਰਕੇ ਜਿਹੜੀ 26 ਜਨਵਰੀ ਆ ਰਹੀ ਹੈ, ਪੂਰਾ ਦੇਸ਼ ਦੇਖ ਰਿਹਾ, ਪੂਰਾ ਵਰਲਡ ਦੇਖ ਰਿਹਾ ਕਿ ਅੱਗੇ ਪ੍ਰੋਟੈਸਟ ਕਿਵੇਂ ਕਿਵੇਂ ਵਧੂਗਾ। ਪਰ ਇੱਕ ਚੀਜ਼ ਮੈਂ ਸਪੈਸੀਫਾਈ ਕਰਨਾ ਚਾਹਾਂਗੀ ਕਿ ਦਿਸ ਹੈਜ਼ ਬੀਨ ਡਨ ਬ੍ਰਿਲੀਅੰਟਲੀ ਵਿਦ ਪੀਸਫੁਲੀ ਐਂਡ ਬ੍ਰਿਲੀਅੰਟਲੀ ਬਾਈ ਦ ਫਾਰਮਰਸ। ਠੀਕ, ਜਿੱਦਾਂ ਜੇ ਸੰਵਿਧਾਨ ਦੇ ਤੌਰ ਤੇ ਲਈਏ ਜਾਂ ਜਿੱਦਾਂ ਜਿਹੜਾ ਸੰਵਿਧਾਨਕ ਤੌਰ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਸੀ, ਸਰਕਾਰ ਦਾ ਪ੍ਰੈਸ਼ਰ ਨਾ ਹੋਵੇ, ਬਿਲਕੁਲ ਜਿੱਦਾਂ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਕਰਨੀ ਹੁੰਦੀ ਤੇ ਫਿਰ ਵੀ ਇਹੀ ਗੱਲ ਹੁੰਦੀ ਜਿਹੜੀ ਹੁਣ ਸੁਪਰੀਮ ਕੋਰਟ ਨੇ ਕੀਤੀ? ਨਹੀਂ ਜੀ, ਇਹ ਨਾ ਹੁੰਦੀ, ਕਿਉਂਕਿ ਇਹ ਜੇ ਕਾਨੂੰਨ ਪਾਰਲੀਮੈਂਟ ਨੇ ਬਣਾਇਆ ਹੈ, ਜੇ ਉਹਨਾਂ ਨੇ ਵਿਚਾਰ, ਜਿਵੇਂ ਡਾਕਟਰ ਸਾਹਿਬ ਨੇ ਵੀ ਕੱਲ ਕਿਹਾ ਜਦੋਂ ਅਸੀਂ ਸਲਾਹ ਇਹ ਆਪਣੀ ਸਾਡੀ ਗੱਲਬਾਤ ਹੋਈ ਕਿ ਜਦੋਂ ਵੀ ਕੋਈ ਕਾਨੂੰਨ ਬਿੱਲ ਐਕਟ ਬਣਦਾ ਹੈ ਉਹਦੇ ਪਿੱਛੇ ਉਹ ਪ੍ਰੋਵਿਜ਼ਨਲ ਇੱਕ ਲੈਜਿਸਲੇਟਿਵ ਆਈਡੀਆ ਹੁੰਦਾ, ਉਹਦੇ ਉੱਤੇ ਵਿਚਾਰ ਕਰਦੇ ਬੜੇ ਸਾਲ ਲੱਗਦੇ ਨੇ ਤੇ ਦੋਨੋਂ ਲੋਕ ਸਭਾ, ਰਾਜ ਸਭਾ, ਪਾਰਲੀਮੈਂਟ ਹਾਊਸਿਸ ਦੇ ਵਿੱਚ ਇਹ ਬੈਠ ਕੇ ਤਾਂ ਬਿੱਲ ਐਕਟ ਬਣਦਾ। ਏਦਾਂ ਨਹੀਂ ਬਣਦਾ ਬਿਨਾਂ ਕਿਸੇ ਆਰਗੂਮੈਂਟੇਟਿਵ ਰੀਜ਼ਨ ਜੇ ਤੁਸੀਂ ਐਕਟ ਕੱਢਤਾ, ਉਹਦਾ ਹਰਜਾ ਤਾਂ ਅੱਜ ਖਾਸ ਕਰਕੇ ਪੰਜਾਬੀਆਂ ਨੂੰ ਜਿਹੜੇ ਉੱਥੇ ਵਿਚਾਰੇ ਠੰਡ 'ਚ ਬੈਠੇ, ਪਰ ਹੁਣ ਜਿਹੜੇ ਪੂਰੇ ਇੰਡੀਆ ਦੇ ਫਾਰਮਰਸ ਇਕੱਠੇ ਹੋਏ ਨੇ, ਇਹ ਜਿਹੜਾ ਇਫੈਕਟਿਵ ਡਿਸੀਜਨ ਜੋ ਸੁਪਰੀਮ ਕੋਰਟ ਦਾ ਆਇਆ ਹੈ ਇਹ ਇਸੇ ਲਈ ਆਇਆ ਬਿਕੋਜ਼ ਗਵਰਨਮੈਂਟ ਹੈਜ਼ ਕਲੀਅਰਲੀ ਫੇਲ ਟੂ ਸਟੈਪ ਔਨ ਇਟ। ਅਗਰ ਅਸਰ ਹੋਇਆ ਹੁੰਦਾ ਤਾਂ ਇਹ ਸੁਪਰੀਮ ਕੋਰਟ ਨੂੰ ਆ ਡਿਸੀਜਨ ਨਾ ਲੈਣਾ ਪੈਂਦਾ। ਠੀਕ ਹੈ, ਤੇ ਜਿੱਦਾਂ ਪੂਰੀ ਦੁਨੀਆਂ, ਜਿੱਦਾਂ ਤੁਸੀਂ ਵੀ ਇੱਥੇ ਸਵਿਟਜ਼ਰਲੈਂਡ ਦੇ ਵਿੱਚ ਲੱਗੇ, ਤੁਸੀਂ ਇਹ ਜਿੱਦਾਂ ਇਸ ਦਾਇਰੇ ਦੇ ਵਿੱਚ ਹੋ, ਕਾਨੂੰਨੀ ਤੌਰ ਤੇ ਸਾਰਾ ਕੁਛ ਤੁਹਾਨੂੰ ਪਤਾ, ਤੇ ਕਿਸਾਨ ਜਥੇਬੰਦੀਆਂ ਨੂੰ ਕਾਨੂੰਨੀ ਤੌਰ ਤੇ ਵੀ ਕੁਛ ਕਰਨਾ ਚਾਹੀਦਾ ਜਾਂ ਜਿਸ ਤਰ੍ਹਾਂ ਉਹ ਪ੍ਰੋਟੈਸਟ ਕਰ ਰਹੇ ਆ ਜਾਂ ਆਪਣਾ ਸੰਘਰਸ਼ ਕਰ ਰਹੇ, ਉਹੀ ਠੀਕ ਹੈ? ਦੇਖੋ ਜੀ, ਸਭ ਤੋਂ ਪੈਡੀ ਗੱਲ, ਉਹ ਉੱਥੇ ਔਨ ਗਰਾਊਂਡ ਜ਼ੀਰੋ ਲੈਵਲ ਤੇ ਬੈਠੇ ਨੇ, ਉਹਨਾਂ ਤੋਂ ਵੱਧ ਫੈਕਟਸ ਨੂੰ, ਫਿਗਰਸ ਨੂੰ ਤੇ ਇੰਪਲੀਕੇਸ਼ਨ ਆਫ ਦ ਲਾਅ ਨੂੰ ਕੋਈ ਨਹੀਂ ਜਾਣਦਾ। ਸਾਡੇ ਲਈ ਔਰ ਵਰਲਡ ਸਾਰੇ ਜਿਹੜੇ ਕਮੈਂਟ ਕਰ ਰਹੇ ਨੇ ਬਹੁਤ ਸੌਖਾ ਹੈ, ਪਰ ਉਹ ਜਿਹੜੇ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਬੀਤ ਰਿਹਾ, ਉਹਨਾਂ ਨੂੰ ਦਿਨ ਰਾਤ ਉਹ ਜਿੱਥੇ ਉੱਥੇ ਸੜਕਾਂ ਦੇ ਉੱਤੇ ਕਹਿਰ ਦੀ ਠੰਡ 'ਚ ਬੈਠੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਕਿ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੀ ਜ਼ਰੂਰਤਾਂ ਕੀ ਨੇ। ਦੀਪਿੰਦਰ ਜੀ, ਆਪਾਂ ਇੱਕ ਕਾਲ ਲਵਾਂਗੇ ਪੰਜਾਬ ਤੋਂ, ਅਕਾਲ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਗੱਲ ਕਰ ਰਹੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਭਾਈ ਪ੍ਰਗਟ ਸਿੰਘ ਜੀ, ਤੁਸੀਂ ਲਾਈਵ ਹੋ ਤੇ ਸਾਡੇ ਨਾਲ ਦੀਪਿੰਦਰ ਕੌਰ ਸਹਿਗਲ ਜੀ ਐਡਵੋਕੇਟ ਆ ਸਵਿਟਜ਼ਰਲੈਂਡ ਤੋਂ, ਉਹ ਵੀ ਨਾਲ ਸਾਡੇ ਮਹਿਮਾਨ ਆ ਅੱਜ ਮੁੱਖ ਮਹਿਮਾਨ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ, ਜਾਂ ਤੁਹਾਡੇ ਕੀ ਵਿਚਾਰ ਆ ਹੁਣ? ਜੀ ਬਿਲਕੁਲ, ਮੈਂ ਤਾਂ ਛੋਟੀ ਜਿਹੀ ਜਾਣਕਾਰੀ ਹੋਊਗੀ, ਜਿਹੜੀ ਹਰੇਕ ਕਿਸਾਨ ਸੋਚਦਾ ਜਾਂ ਕਿਸਾਨ ਜਥੇਬੰਦੀਆਂ ਸੋਚਦੀਆਂ ਨੇ ਕਿ ਅੱਜ ਦਾ ਜਿਹੜਾ ਫੈਸਲਾ ਸਟੇ ਲਾਣ ਤੱਕ ਤਾਂ ਚਲੋ ਵੀ ਆਰਜੀ ਸਟੇ ਲਾਈ ਆ ਉੱਥੇ ਤੱਕ ਤਾਂ ਬਹੁਤ ਵਧੀਆ, ਪਰ ਜਿਹੜੀ ਗੱਲ ਕਮੇਟੀ ਬਣਾਉਣ ਵਾਲੀ ਆ ਉਹ ਤਾਂ ਬਿਲਕੁਲ ਸਿੱਧੇ ਤੌਰ ਤੇ ਸ਼ੱਕ ਦੇ ਘੇਰੇ ਚ, ਇਸ ਕਰਕੇ ਵੀ ਲੱਗਦੀ ਆ ਕੱਲਾ ਕੱਲਾ ਪੰਜਾਬ ਦਾ ਕਿਸਾਨ, ਜਿਹੜਾ ਵੀ ਕਿਸਾਨ, ਜਿੰਨੇ ਵੀ ਭਾਰਤ ਦੇ ਸਾਰੇ ਕਿਸਾਨ ਉੱਥੇ ਬੈਠੇ ਨੇ, ਉਹਦੀ ਗੱਲ ਹਰੇਕ ਬੰਦਾ ਕੱਲਾ ਕੱਲਾ ਇਹ ਗੱਲ ਕਹਿ ਰਿਹਾ ਕਿ ਵੀ ਆਪਣੇ ਬੰਦਿਆਂ ਤੋਂ ਹੀ ਜਾਂਚ ਕਰਵਾ ਕੇ, ਇਹ ਤਾਂ ਉਹੀ ਗੱਲ ਹੋ ਗਈ ਨਾ ਜਿਵੇਂ ਪਹਿਲਾਂ 1984 ਵੇਲੇ ਜਿਹੜੇ ਥਾਣੇਦਾਰਾਂ ਦੇ ਸਿਰ ਤੇ ਇਲਜ਼ਾਮ ਲੱਗਦਾ ਸੀ ਕਿ ਇਹਨਾਂ ਨੇ ਮੁੰਡੇ ਮਾਰੇ ਨੇ, ਤੇ ਬਾਅਦ ਚ ਉਹਨਾਂ ਨੂੰ ਹੀ ਜਾਂਚ ਦੇ ਦਿੱਤੀ ਜਾਂਦੀ ਸੀ, ਉਹ ਤਾਂ ਉਹੀ ਬੰਦੇ ਨੇ ਜਿਹੜੇ ਕਹਿੰਦੇ ਸੀ, ਸਾਰੇ ਉਹੀ ਕਹਿੰਦੇ ਰਹੇ ਨੇ ਕਿ ਬਹੁਤ ਵਧੀਆ ਕਾਨੂੰਨ ਨੇ, ਤੇ ਉਹ ਉਹਦੇ ਚ ਉਹਨਾਂ ਨੂੰ ਕੀ ਕਹਿਣਾ, ਉਹ ਤਾਂ ਸਭ ਨੂੰ ਪਤਾ ਹੀ ਆ, ਉਹਨਾਂ ਨੇ ਤਾਂ ਉਹੀ ਕਹਿਣਾ ਕਿ ਹਾਂਜੀ ਠੀਕ ਆ ਸਾਰਾ ਕੁਛ, ਸਿੱਧਾ ਸਿੱਧਾ ਆਪ ਵਿੱਚ ਨਾ ਪੈ ਕੇ ਸੁਪਰੀਮ ਕੋਰਟ ਦੇ ਥਰੂ ਆ ਜਿਹੜਾ ਸੰਘਰਸ਼ ਨੂੰ ਖਤਮ ਕਰਨ ਦੀਆਂ ਚਾਲਾਂ ਨੇ, ਪਰ ਬਹੁਤ ਖੁਸ਼ੀ ਹੁੰਦੀ ਆ ਕਿ ਕਿਸਾਨ ਜਥੇਬੰਦੀਆਂ ਨੇ ਸਾਰਾ ਕੁਛ ਇਸ ਟਾਈਮ ਸਪਸ਼ਟ ਕਰਤਾ ਕਿ ਵੀ ਅਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਚਾਹੇ ਜੋ ਵੀ ਫੈਸਲਾ ਆਵੇ, ਜਦੋਂ ਤੱਕ ਕਾਨੂੰਨ ਰੱਦ ਨੀ ਹੁੰਦੇ ਅਸੀਂ ਵਾਪਸ ਨੀ ਜਾਣਾ, ਤੇ ਜਿਹੜੇ ਆਪਣੇ ਕਿਸਾਨ ਜਥੇਬੰਦੀਆਂ ਦੇ ਮੁਖੀ ਨੇ ਉਹਨਾਂ ਨੂੰ ਵੀ ਇਹ ਗੱਲ ਪਤਾ ਹੈ, ਭਲੀ ਭਾਂਤ ਜਾਣੂ ਆ ਸਾਰੇ ਕਿ ਕੋਈ ਵੀ ਵਾਪਸੀ ਹੁੰਦੀ ਆ ਕਿਸੇ ਦੀ ਵੀ ਬਿਨਾਂ ਰੱਦ ਹੋਏ ਤਾਂ ਲੋਕਾਂ ਨੇ ਬਣ ਦੇਣਾ, ਸੋ ਹਾਲਾਤ ਤਾਂ, ਪਰ ਇਹਨਾਂ ਨੇ ਆਪਣੇ ਕਮੀਓ ਜ਼ਰੂਰ ਜਿਹੜੀਆਂ ਕੋਚੀਆਂ ਚਾਲਾਂ ਚੱਲ ਰਹੇ ਨੇ ਇਹ ਚਾਲ ਦਾ ਹੀ ਹਿੱਸਾ ਮੰਨਦੇ ਨੇ ਕਿਸਾਨ, ਜਿੰਨੇ ਵੀ ਕਿਸੇ ਵੀ ਸੰਘਰਸ਼ ਕਰ ਰਹੇ ਨੇ ਚਾਹੇ ਕਿਸੇ ਦੇ ਦੇਸ਼ ਦੇ ਕਿਸੇ ਵੀ ਕੋਨੇ ਚ ਬੈਠੇ ਨੇ। ਹਾਂਜੀ, ਤੇ ਤੁਸੀਂ ਬੀਬੀ ਜੀ ਨੂੰ ਕੋਈ ਸਵਾਲ ਜਾਂ ਆਪਣੀ ਕੋਈ ਗੱਲ ਕਹਿਣਾ ਚਾਹੁੰਦੇ? ਬਸ ਮੈਂ ਤਾਂ ਬਿਲਕੁਲ ਉਹਨਾਂ ਨੇ ਵੀ ਜਿਵੇਂ ਵਿਚਾਰਾਂ ਉਹਨਾਂ ਦੀਆਂ ਸੁਣ ਰਿਹਾ ਸੀ, ਵਕੀਲ ਸਾਹਿਬ ਨੇ ਡੁਭਾਈ ਨਾਲ ਗੱਲ ਕਰਦੇ ਨੇ, ਪਰ ਜਿਸ ਤਰੀਕੇ ਦੀਆਂ ਜਿਹੜੀ ਰਣਨੀਤੀ ਇਹਨਾਂ ਨੇ ਹੁਣ ਤੱਕ ਸਾਰੇ ਕੇਸਾਂ ਦੇ ਵਿੱਚ ਕੀਤੀ ਆ, ਨਰਿੰਦਰ ਮੋਦੀ ਸਰਕਾਰ ਜਿਹੜੀ ਹੁਣ ਚੱਲ ਰਹੀ ਆ, ਸੋ ਉਸੇ ਤਰੀਕੇ ਦੀ ਰਣਨੀਤੀ ਦੇ ਤਹਿਤ ਇਹ ਕੰਮ ਹੋ ਰਿਹਾ ਕਿ ਆਪਣੇ ਸਿੱਧੇ ਤੌਰ ਤੇ ਜਿਹੜਾ ਨਾਮ ਨਾ ਆਵੇ ਕੇਂਦਰ ਸਰਕਾਰ ਦਾ, ਕਿ ਪਹਿਲਾਂ ਸਾਰਾ ਕੁਛ ਹੀ ਇਹ ਇੱਕ ਜਦੋਂ ਚਾਲ ਦੇ ਵਾਂਗੂ ਦੇਖਿਆ ਜਾ ਰਿਹਾ ਜਾਂ ਸਮਝਿਆ ਜਾ ਰਿਹਾ ਕਿਸਾਨਾਂ ਵੱਲੋਂ ਕਿ ਸਿੱਧਾ ਮਤਲਬ ਆਪਣਾ ਨਾਮ ਨਾ ਆਵੇ ਸਰਕਾਰ ਦਾ, ਸੀ ਸੁਪਰੀਮ ਕੋਰਟ ਦੇ ਥਰੂ ਆ ਜਿਹੜਾ ਉਹ ਕੰਮ ਕਰਵਾ ਕੇ, ਤੇ ਕਿਸਾਨਾਂ ਨੂੰ ਇੱਥੋਂ ਬਾਅਦ ਚ ਹੁਕਮ ਜਾਰੀ ਕਰਵਾ ਕੇ ਕਹਿ ਦਈਏ ਕਿ ਲੋ ਜੀ ਹੁਣ ਤਾਂ ਸਾਰਾ ਕੁਛ ਠੀਕ ਹੋ ਗਿਆ, ਹੁਣ ਤੁਸੀਂ ਆਪਣੇ ਘਰ ਨੂੰ ਜਾਓ, ਸਿੱਧਾ ਸਿੱਧਾ ਮਤਲਬ ਜਿਹੜਾ ਇਹੀ ਹੈ ਇਸ ਗੱਲ ਦਾ। ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰਗਟ ਸਿੰਘ ਜੀ, ਤੁਸੀਂ ਗੱਲਬਾਤ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਬੀਬੀ ਜੀ ਆਪਣੇ ਪ੍ਰਗਟ ਸਿੰਘ ਪਟਿਆਲੇ ਤੋਂ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਆ, ਤੇ ਆਪਾਂ ਤਕਰੀਬਨ ਜਿਹੜੀ ਗੱਲ ਕਰਦੇ ਉਹਦੇ ਤੇ। ਹਾਂਜੀ, ਤੁਸੀਂ ਇਹਦੇ ਬਾਰੇ ਕਿੱਦਾਂ ਸੋਚਦੇ ਜੋ ਉਹਨਾਂ ਨੇ ਵਿਚਾਰ ਦਿੱਤੇ? ਮੈਂ ਵੀ ਪਟਿਆਲੇ ਤੋਂ ਆ ਜੀ ਪਿੱਛੋਂ। ਅੱਛਾ ਜੀ। ਹਾਂਜੀ, ਮੈਂ ਪਟਿਆਲੇ ਪੰਜਾਬ ਤੋਂ ਆ, ਤੇ ਇਹਨਾਂ ਨੇ ਗੱਲ ਬੜੀ ਸੋਹਣੀ ਕੀਤੀ ਕਿ ਸਿਆਸਤ ਦੀ ਗੱਲ, ਜਿਵੇਂ ਮੈਂ ਤੁਹਾਨੂੰ ਕਹੀ ਸੀ ਕਿ ਇਹ ਡਾਇਲਿਊਟ ਕੀਤਾ ਜਾ ਰਿਹਾ ਇਸ ਮੁੱਦੇ ਨੂੰ, ਇਸ ਮੁੱਦੇ ਕਮੇਟੀ ਦੇ ਫਾਰਮਰਸ ਦੇ ਵਿੱਚ ਪਾਇਆ ਜਾ ਰਿਹਾ ਤਾਂ ਕਿ ਗਵਰਨਮੈਂਟ ਦਾ ਆਪਣਾ ਕੰਮ ਸਾਈਡ ਤੇ ਹੋ ਜਾਏ, ਤੇ ਇਹ ਵਿਚਾਰੇ ਪ੍ਰੋਟੈਸਟ ਕਰ ਕਰਕੇ ਜਿੱਥੇ ਤੱਕ ਪਹੁੰਚੇ ਨੇ ਉਸਨੂੰ ਡਾਇਲਿਊਟ ਕਰਕੇ ਅਲੱਗ ਹੀ ਡਾਇਰੈਕਸ਼ਨ ਚ ਲੈ ਕੇ ਜਾ ਰਹੇ ਨੇ, ਤਾਂ ਕਿ ਇਹ ਆਪਣੇ ਜਿਹੜੇ ਮੁੱਦੇ ਨੇ ਉਹ ਇਹਨਾਂ ਦੇ ਮੁੱਦੇ ਸੋਲਵ ਨਾ ਹੋਣ, ਤੇ ਇਹਨਾਂ ਦੀ ਗੱਲਬਾਤ ਚ ਹੀ ਰਹਿ ਜਾਣ ਮੁੱਦੇ, ਤਾਂ ਕਿ ਉਹ ਵਿਚਾਰੇ ਕੱਲ ਨੂੰ ਫੇਰ ਕਮੇਟੀਆਂ ਦੇ ਕੋਲ ਜਾਣ ਵੀ ਦੇਖੋ ਜੀ ਆਹ ਸਾਡੇ ਮੁੱਦੇ ਨੇ, ਆਹ ਸਾਡੇ ਲਾਜ਼ ਨੇ, ਤੇ ਇਹ ਗਵਰਨਮੈਂਟ ਸਿੱਧੀ ਜੀ ਗੱਲ ਹੈ ਜੀ, ਕੋਈ ਲਾ ਜਿਹੜਾ ਹੁੰਦਾ ਉਹਨੂੰ ਵਾਪਿਸ ਲੈਣਾ ਬਹੁਤ ਔਖਾ ਹੁੰਦਾ, ਪਰ ਕਿਉਂਕਿ ਇਹਨਾਂ ਫਾਰਮਰਸ ਦੀ ਦ੍ਰਿੜਤਾ ਇੱਥੇ ਤੱਕ ਆਈ ਹੈ, ਸੁਪਰੀਮ ਕੋਰਟ ਦਾ ਵੀ ਜਿਹੜਾ ਡਿਸੀਜਨ ਆਇਆ ਇਹ ਨਾਰਮਲੀ ਆਉਂਦਾ ਨਹੀਂ, ਕਿਉਂਕਿ ਮੋਦੀ ਗਵਰਨਮੈਂਟ ਐਂਡ ਦ ਗਵਰਨਮੈਂਟ ਆਫ ਇੰਡੀਆ ਹੈਜ਼ ਇਫੈਕਟਿਵਲੀ ਫੇਲਡ ਲਾਈਕ ਆਈ ਸੈਡ, ਐਂਡ ਉਸੇ ਕਰਕੇ ਇਹ ਜੋ ਪ੍ਰੋਟੋਕਾਲ ਅੱਗੇ ਵੀ ਚੱਲੇਗਾ ਇਹ ਏਦਾਂ ਹੀ ਚੱਲੇਗਾ, ਕਿਉਂਕਿ ਜੇ ਇਹ ਕਮੇਟੀਆਂ ਬਿਠਾਉਣਗੇ ਉਹ ਰਾਜੀ ਹੀ ਨਹੀਂ ਹੈਗੇ, ਉਹਨਾਂ ਨੇ ਕਲੀਅਰਲੀ ਆਪਣੀਆਂ ਮੰਗਾਂ ਪਹਿਲੇ ਦਿਨ ਤੋਂ, ਅੱਛਾ ਉਹਨਾਂ ਨੇ ਇੱਕ ਗੱਲ ਹੋਰ ਸਟੇਟਮੈਂਟ ਚ ਕਹੀ ਸੀ ਅੱਜ ਤੋਂ 20 ਦਿਨ ਪਹਿਲਾਂ 30 ਦਿਨ ਪਹਿਲਾਂ ਜਦੋਂ ਇਹ ਪ੍ਰੋਟੈਸਟ ਸਿਰਫ ਸ਼ੁਰੂ ਹੋਇਆ ਸੀ, ਉਹਨਾਂ ਨੇ ਪਹਿਲਾਂ ਕਿ ਸਰਕਾਰ ਅਗਰ ਕਮੇਟੀ ਬਿਠਾਉਣ ਦੀ ਕੋਸ਼ਿਸ਼ ਵੀ ਕਰੇਗੀ
इस च राजी नहीं है क्योंकि असी नेगोशिएशन इन्हां लॉज दी करनी असानू रीअपीलिंग ऑफ द लॉज चाहिए है विच इज वेरी एविडेंट मतलब कहने का कि किसान पहले दिन तो ही वो लंबी रणनीति बना के आए हुए हैं पूरा उन्होंने प्लानिंग की थी हुई है भी आह चीजा रास्ते दे विच रुकावट आ सकती है इन्हां इन्हां चीजा नू लोगों नू भरमाया जा सकता वह ये चीजा चंगी तरह जानते हैं मतलब वधिया अगवाई दे रहे आप कह सकते हैं ਤੁਸੀਂ ਬਿਲਕੁਲ ਕਹਿ ਸਕਦੇ ਹਾਂ ਜੀ ਇਹ ਰਣਨੀਤੀ ਤਾਂ ਨਹੀਂ ਮੈਂ ਕਵਾਂਗੀ ਕਿਉਂਕਿ ਰਣਨੀਤੀ ਜਿਹੜੀ ਹੁੰਦੀ ਹੈ ਉਹ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੰਨਾ ਲੰਬਾ ਪ੍ਰੋਟੈਸਟ ਜਾਣਾ ਨਾ ਇਹਨਾਂ ਨੂੰ ਪਤਾ ਕਿ 26 ਜਨਵਰੀ ਤੋਂ ਬਾਅਦ ਵੀ ਕਿੰਨਾ ਲੰਬਾ ਜਾਏਗਾ ਪ੍ਰੋਟੈਸਟ ਆਪਣੇ ਵੱਲੋਂ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹਰ ਕਿਸਾਨ ਦੇ ਫੰਡਾਮੈਂਟਲ ਰਾਈਟ ਨੂੰ ਅਕੰਪਲਿਸ਼ ਕੀਤਾ ਜਾਵੇ ਤਾਂ ਕਿ ਸਾਰੇ ਪਰਿਵਾਰ ਬਜ਼ੁਰਗ ਜਿਹੜੇ ਉੱਥੇ ਸੜਕਾਂ ਤੇ ਰੋਲ ਰਹੇ ਨੇ ਉਹ ਵਾਪਸ ਜਾਣ ਪਰ ਹਾਂਜੀ ਇਹਨਾਂ ਦੀ ਦ੍ਰਿੜਤਾ ਤੇ ਜਿਹੜੇ ਇਹਨਾਂ ਦੇ ਫੈਕਟਸ ਹੈ ਇਹ ਇਕੱਠੇ ਕਰਕੇ ਆਏ ਨੇ ਤੇ ਇਹ ਇੱਦਾਂ ਦਾ ਨਹੀਂ ਜਾਣ ਲੱਗੇ ਤਾਂ ਹੀ ਜਿਹੜੀ ਸਾਡੀ ਰੈਲੀ ਵੀ ਹੋ ਰਹੀ ਹੈ ਜਿਹੜੀ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਅਸੀਂ ਉਸ ਸਪੈਸੀਫਾਈ ਬਾਰ ਬਾਰ ਕਰਨਾ ਹੈ ਕਿ ਵਰਲਡ ਦੇ ਲਾਜ਼ ਇਕੱਠੇ ਹੋਏ ਨੇ ਅਸੀਂ ਵਰਲਡ ਤੋਂ ਪ੍ਰੈਸ਼ਰ ਪਵਾਉਣਾ ਇੰਟਰਨੈਸ਼ਨਲ ਮੀਡੀਆ ਤੋਂ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਜਿਹੜੀ ਇੰਡੀਆ ਦੀ ਮੀਡੀਆ ਹੈ ਉਹ ਇਸ ਅਲੱਗ ਹੀ ਮੁੱਖ ਦੇ ਰਹੀ ਹੈ ਕਿ ਤੁਸੀਂ ਕਮੇਟੀਆਂ ਦੇ ਐਂਟੀ ਕਿਉਂ ਤੁਸੀਂ ਖਾਲਿਸਤਾਨ ਇਨਫਲੇਰੇਟਿਡ ਦਿਸ ਓ ਦੈਟ ਓ ਇਟ ਦਿਸ ਇਜ਼ ਆਲ ਟੂ ਸਪਲਿਟ ਦ ਪ੍ਰੋਸੈਸ ਹਾਂ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੈਨੂੰ ਯਾਦ ਆ ਗਿਆ ਉਹਨਾਂ ਨੇ ਮੇਰਾ ਖਿਆਲ ਜਿਹੜਾ ਸੁਪਰੀਮ ਕੋਰਟ ਨੇ ਗੱਲ ਕੀਤੀ ਉੱਥੇ ਇਹ ਵੀ ਸ਼ਿਕਾਇਤ ਕੀਤੀ ਗਈ ਆ ਕਿ ਸਿੱਖ ਫੋਰ ਜਸਟਿਸ ਜਾਂ ਇਹੋ ਜਿਹੀਆਂ ਜਥੇਬੰਦੀਆਂ ਵਿੱਚ ਜਿਹੜੀਆਂ ਭਾਰਤ ਦੇ ਵਿੱਚ ਬੈਨ ਆ ਉਹ ਜੀ ਇਹ ਸੰਘਰਸ਼ ਦੇ ਪਿੱਛੇ ਉਹ ਆ ਉਹ ਇਹਨਾਂ ਨੂੰ ਮਤਲਬ ਮਾਜ ਸਹਾਇਤਾ ਦਿੰਦੇ ਜੇ ਦਿੰਦੇ ਆ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਵੀ ਜਾਂ ਤਾਂ ਤੁਸੀਂ ਕੋਈ ਪਰੂਫ ਦਿਓ ਪਰੂਫ ਕੋਈ ਦਿੱਤਾ ਨੀ ਗਾ ਲੇਕਿਨ ਗੱਲ ਉੱਥੇ ਹੋਈ ਆ ਸੁਪਰੀਮ ਕੋਰਟ ਨੇ ਵੀ ਇਹ ਗੱਲ ਕੀਤੀ ਕਿ ਜਾਂ ਤੁਸੀਂ ਪਰੂਫ ਲੈ ਕੇ ਆਓ ਹਾਂਜੀ ਕੱਲ ਵੀ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਦੀ ਵੀ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਹੈ ਇਟ ਇਜ਼ ਅ ਬਿਗ ਪ੍ਰੋਵਿਜ਼ਨਲ ਕੌਜ਼ ਐਂਡ ਇਟ ਇਜ਼ ਅ ਕੌਜ਼ ਵਿਚ ਹੈਜ਼ ਬੀਨ ਲਾਈਂਗ ਨਾਟ ਫਰੋਮ ਟੂਡੇ ਬਟ ਫਰੋਮ ਡਿਕੇਡਸ ਐਂਡ ਇਹ ਅੱਜ ਦਾ ਫਾਰਮਰਸ ਐਕਟ ਨਹੀਂ ਹੈ ਇਹ ਪ੍ਰੋਟੈਸਟ ਜਿਹੜੀ ਇਹ ਸੰਘਰਸ਼ ਹੈ ਇਹਨੂੰ ਸਮਝਣ ਦਾ ਕਿ ਫਾਰਮਰਸ ਦੇ ਬਹੁਤ ਜ਼ਿਆਦਾ ਇਕਨੋਮਿਕ ਡੈਟਰੀਮੈਂਟਲ ਇਫੈਕਟ ਇਹ ਸਾਰਾ ਕੁਛ ਕੱਦ ਦਾ ਹੋ ਰਿਹਾ ਤੇ ਅੱਜ ਫਾਰਮਰਸ ਇੱਥੇ ਬੈਠੇ ਨੇ ਤੇ ਉਸਦੇ ਉੱਤੇ ਖਾਲਿਸਤਾਨ ਤੇ ਇਹ ਬਹੁਤ ਈਜ਼ੀ ਹੁੰਦਾ ਇਹਨੂੰ ਰਿਲੀਜੀਅਸ ਤੇ ਪੋਲੀਟੀਕਲ ਏਜੰਡਾ ਦੇਣਾ ਕਿਉਂਕਿ ਇਹ ਸਿੱਧਾ ਸਿੱਧਾ ਉਹਨਾਂ ਦੇ ਉੱਤੇ ਬਲੇਮ ਹੈ ਕਿ ਇਹ ਇੱਥੇ ਖਾਲਿਸਤਾਨੀ ਇਕੱਠੇ ਹੋਏ ਨੇ ਜਾਂ ਇਹ ਇਕੱਠੇ ਹੋਏ ਨੇ ਇੱਥੇ ਏਦਾਂ ਦਾ ਕੁਛ ਕੰਮ ਨਹੀਂ ਹੈ ਉਹਨਾਂ ਨੇ ਕਲੀਅਰਲੀ ਅੱਜ ਵੀ ਮੀਡੀਆ ਨੂੰ ਕਿਹਾ ਕਿ 26 ਜਨਵਰੀ ਜਾਂ 15 ਜਨਵਰੀ ਜਾਂ ਇੱਕ ਇੱਕ ਦਿਨ ਜਿਹੜਾ ਲੰਘੇਗਾ ਸਾਡਾ ਪੀਸਫੁਲ ਪ੍ਰੋਟੈਸਟ ਹੋਏਗਾ ਸਾਡੀ ਕੋਈ ਵੀ ਵਾਇਲੈਂਸ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਨਾ ਅਸੀਂ ਬਰਦਾਸ਼ਤ ਕਰਾਂਗੇ ਤੇ ਨਾ ਸਾਡੇ ਤੋਂ ਹੋਏਗੀ ਕਿਉਂਕਿ ਨੌਜਵਾਨੀ ਦੇ ਵਿੱਚ ਬਹੁਤ ਜਿੱਦਾਂ ਤੁਹਾਨੂੰ ਪਤਾ ਜਿੰਨੇ ਆਪਣੇ ਪੰਜਾਬ ਦੇ ਲੋਕ ਉੱਥੇ ਬੈਠੇ ਵੀ ਆ ਕਈ ਵਾਰੀ ਉਹ ਸਟੇਜ ਤੇ ਵੀ ਕਹਿ ਦਿੰਦੇ ਆ ਕਿ ਹਾਂ ਨਹੀਂ ਜੀ ਕੋਈ ਤੱਤਾ ਪ੍ਰੋਗਰਾਮ ਦਿਓ ਤੁਸੀਂ ਕੋਈ ਗਰਮ ਪ੍ਰੋਗਰਾਮ ਦਿਓ ਲੇਕਿਨ ਕਿਸਾਨ ਜਥੇਬੰਦੀਆਂ ਬੜਾ ਫੂਕ ਫੂਕ ਕੇ ਪੈਰ ਰੱਖ ਰਹੀਆਂ ਤੇ ਉਹਨਾਂ ਨੇ ਮਤਲਬ ਫੈਸਲਾ ਕੀਤਾ ਹੋਇਆ ਤਹੀਆ ਕੀਤਾ ਹੋਇਆ ਕਿ ਸ਼ਾਂਤ ਮਈ ਤੋਂ ਬਗੈਰ ਅਸੀਂ ਹੋਰ ਕੋਈ ਗੱਲ ਕਰਨੀ ਨੀ ਗੀ ਉਹਦੇ ਘੇਰੇ ਦੇ ਵਿੱਚ ਰਹਿਣਾ ਕਿਉਂਕਿ ਨੌਜਵਾਨੀ ਨੂੰ ਜਾਂ ਗਰਮ ਜੋਸ਼ੀ ਨੂੰ ਸਾਂਭ ਕੇ ਰੱਖਣਾ ਵੀ ਬੜਾ ਔਖਾ ਹੁੰਦਾ ਹੈ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਬਹੁਤ ਸੌਖਾ ਹੈ ਜੀ ਇਸ ਦੇ ਵਿੱਚ ਇੱਕ ਵੀ ਰਾਇਟ ਹੋ ਗਿਆ ਇੱਕ ਵੀ ਕਿਵੇਂ ਦਾ ਹਾਦਸਾ ਹੋ ਗਿਆ ਤਾਂ ਇਹਨਾਂ ਦਾ ਜਿਹੜਾ ਸੰਘਰਸ਼ ਪ੍ਰੋਟੈਸਟ ਦਾ ਮੁੱਦਾ ਹੈ ਉਹ ਕੱਦ ਦਾ ਡਾਇਲਿਊਟ ਹੋ ਜਾਏਗਾ ਉਹ ਕਿਸੇ ਹੋਰ ਡਾਇਰੈਕਸ਼ਨ ਔਰ ਮੀਡੀਆ ਇਹਨੂੰ ਫਟਾਫਟ ਚੱਕੇਗੀ ਤੇ ਐਂਟੀਬਾਡੀਜ਼ ਅਗੇਂਸਟ ਉੱਥੇ ਪਾ ਦੇਗੀ ਮੀਡੀਆ ਬਟ ਇਸ ਕਰਕੇ ਬਹੁਤ ਜ਼ਰੂਰੀ ਹੈ ਉਹਨਾਂ ਨੇ ਖਾਸ ਕਰਕੇ ਉੱਥੇ ਯੰਗਸਟਰਸ ਨੂੰ ਵੀ ਕਿਹਾ ਤੇ ਜਿਹੜੇ ਸਟੇਜ ਤੇ ਭਾਸ਼ਣ ਦੇ ਰਹੇ ਨੇ ਉਹਨਾਂ ਨੇ ਕਿਹਾ ਕੋਈ ਇੱਥੇ ਆਪਣੇ ਬਾਲੀਵੁੱਡ ਦੇ ਜਾਂ ਹਾਲੀਵੁੱਡ ਜੋ ਵੀ ਪੰਜਾਬ ਦੇ ਜਿਹੜੇ ਆ ਰਹੇ ਨੇ ਆਰਟਿਸਟ ਵੀ ਉਹਨਾਂ ਨੇ ਕਿਹਾ ਪਲੀਜ਼ ਇਸ ਨੂੰ ਪੋਲੀਟੀਕਲ ਜਾਂ ਰਿਲੀਜੀਅਸ ਏਜੰਡਾ ਨਾ ਬਣਾਓ ਜੋ ਸਾਡੇ ਮੁੱਦੇ ਦੀ ਗੱਲ ਹੈ ਉਸੀ ਨੂੰ ਬਾਰ ਬਾਰ ਰੀਟਰੇਟ ਕਰੋ ਤਾਂ ਕਿ ਸਾਡੇ ਪ੍ਰੋਟੈਸਟ ਦੀ ਵੈਲਿਊ ਹੋਰ ਵੱਧ ਸਕੇ ਠੀਕ ਹੈ ਇੱਕ ਇਹਦੇ ਚ ਮਸਲਾ ਹੋਰ ਵੀ ਸੀਗਾ ਜਿੱਦਾਂ ਆਪਾਂ 26 ਤਰੀਕ 26 ਜਨਵਰੀ ਦੀ ਗੱਲ ਕਰਦੇ ਹਾਂ ਜਿਹੜੀ ਪਰੇਡ ਕਰਨੀ ਆ ਟਰੈਕਟਰ ਪਰੇਡ ਕਰਨੀ ਆ ਤੇ ਉਹਦੇ ਚ ਮੇਰਾ ਖਿਆਲ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਨੇ ਵੀ ਕੋਈ ਰਿਟ ਕੀਤੀ ਹੋਈ ਸੀਗੀ ਕਿ ਇਹ ਪੋਲੂਸ਼ਨ ਬਹੁਤ ਹੋ ਜਾਣਾ ਟਰੈਕਟਰਾਂ ਦੇ ਨਾਲ ਤੇ ਸਾਨੂੰ ਦਿੱਲੀ ਚ ਨੁਕਸਾਨ ਬਹੁਤ ਹੋ ਸਕਦਾ ਉਹ ਵੀ ਮੇਰਾ ਖਿਆਲ ਉਹਨਾਂ ਨੇ ਰੱਦ ਕਰ ਦਿੱਤੀ ਉਹਨਾਂ ਦੀ ਇਹ ਪਟੀਸ਼ਨ ਹਾਂਜੀ ਫਿਲਹਾਲ ਤਾਂ ਉਹਨਾਂ ਨੇ ਕਿਹਾ ਕਿ 26 ਜਨਵਰੀ ਦਾ ਕਿਸਾਨਾਂ ਨੇ ਕਿਹਾ ਅਸੀਂ ਅੱਗੇ ਕਰਾਂਗੇ ਪਰ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਟਰੈਕਟਰ ਕੋਈ ਉੱਥੇ ਜੰਗ ਫਤਿਹ ਕਰਨ ਜਾਂ ਕਿਲਾ ਫਤਿਹ ਕਰਨ ਲਈ ਨਹੀਂ ਜਾ ਰਹੇ ਅਸੀਂ ਕਲੀਅਰਲੀ ਸਿੰਪਲ ਪੀਸਫੁਲ ਪ੍ਰੋਟੈਸਟ ਕਰਨਾ ਹੈਗਾ ਤੇ ਮੇਰੇ ਖਿਆਲ ਨਾਲ ਜੋ ਉਹਨਾਂ ਦੀ ਲਾਸਟ ਲਾਈਵ ਜਿਹੜੀ ਕਿਸਾਨਾਂ ਦੀ ਕਲੀਅਰ ਇੰਟਰਵਿਊ ਆਈ ਉਹਨਾਂ ਨੇ ਕਲੀਅਰਲੀ ਕਿਹਾ ਕਿ ਅਸੀਂ ਇਹ ਜ਼ਰੂਰ 15 ਦੀ ਵੀ ਮੀਟਿੰਗ ਕਰਾਂਗੇ ਤੇ ਅੱਗੇ ਵੀ ਜਾਵਾਂਗੇ
ਆ ਕਿਉਂਕਿ ਜਿਹੜਾ ਦੇਖੋ ਜਿਹੜੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਜਿਹੜੇ ਆ ਮਤਲਬ ਕੇਜਰੀਵਾਲ ਸਾਹਿਬ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਾਨੂੰਨ ਦੀਆਂ ਕਾਪੀਆਂ ਵੀ ਅਸੈਂਬਲੀ ਚ ਪੜ ਰਹੇ ਹਾਂ, ਤੇ ਹਰ ਪਾਸੇ ਤੋਂ ਜੇ ਉਹ ਆ ਕੇ ਹੋਰ ਕੋਈ ਹਾਲੇ ਤੱਕ ਪੋਲੀਟੀਕਲ ਲੀਡਰ ਬੋਲਿਆ ਨੀ, ਲੇਕਿਨ ਦਿੱਲੀ ਦੇ ਮੁੱਖ ਮੰਤਰੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਵਾਲੇ ਦਿਨ ਉੱਥੇ ਸਟੇਜ ਤੇ ਵੀ ਸਮਾਂ ਦਿੱਤਾ ਗਿਆ ਬੋਲੇ ਆ, ਤੇ ਫੇਰ ਵੀ ਉਹ ਜਾ ਕੇ ਕਹਿ ਰਿਹਾ ਕਿ ਸਾਨੂੰ ਟਰੈਕਟਰਾਂ ਦੇ ਧੂੰਏ ਦੇ ਨਾਲ ਬਹੁਤ ਨੁਕਸਾਨ ਹੋ ਸਕਦਾ, ਤੇ ਇਹ ਦੋਹਰੀ ਨੀਤੀ ਕਿਉਂ? ਇਹ ਦੋਹਰੀ ਨੀਤੀ ਜੀ, ਇਹ ਸ਼ੁਰੂ ਤੋਂ ਜਿਹੜੀ ਦੋਹਰੀ ਨੀਤੀ, ਇਹਨਾਂ ਦੇ ਵਿਊਜ਼ ਅੱਗੇ ਮੀਡੀਆ ਦੇ ਅੱਗੇ ਕੁਛ ਤੇ ਉੱਥੇ ਸਟੇਜਾਂ ਦੇ ਅੱਗੇ ਕੁਛ, ਇਹ ਸਾਰਾ ਪੋਲੀਟੀਕਲ ਏਜੰਡਾ, ਤਾਂ ਹੀ ਕਦਮ ਇੱਕ ਇੱਕ ਕਦਮ ਜਿਹੜਾ ਕਿਸਾਨ ਉਹ ਫੂਕ ਫੂਕ ਕੇ ਲੈ ਰਿਹਾ ਹੈ। ਤੇ ਅਗਰ ਉਹਨਾਂ ਨੇ ਬਾਰ ਬਾਰ ਕਿਹਾ, ਜਿਹੜਾ ਮੀਡੀਆ ਵੀ ਹੈ, ਅੱਜ ਵੀ ਉਹਨਾਂ ਨੂੰ ਸਵਾਲ ਪੁੱਠੇ ਪੁੱਛੇ ਗਏ ਕਿ ਤੁਸੀਂ ਕਮੇਟੀ ਦੇ ਅਗੇਂਸਟ ਕਿਉਂ, ਤੁਸੀਂ ਕਮੇਟੀ ਦੇ ਨਾਲ ਗੱਲਬਾਤ ਵੀ ਕਿਉਂ ਕਰਨਾ ਨਹੀਂ ਚਾਹੁੰਦੇ, ਤੁਸੀਂ ਐਂਟੀ ਕਿਉਂ ਉਸ ਕਮੇਟੀ ਦੇ। ਉਹਨਾਂ ਨੇ ਕਿਹਾ ਕਿ ਨਾ ਅਸੀਂ ਕਿਸੇ ਤੇਲ ਅੱਗ ਚ, ਇਹ ਤਾਂ ਤੇਲ ਵਾਲੀ ਗੱਲ ਹੋ ਗਈ ਕਿ ਅਸੀਂ ਕਮੇਟੀ ਅਗੇਂ, ਉਹਨਾਂ ਨੇ ਕਿਹਾ ਇਹ ਚਾਰ ਮੈਂਬਰਸ ਦੀ ਗੱਲ ਨਹੀਂ, ਤੁਸੀਂ ਕੋਈ ਵੀ ਮੈਂਬਰਸ ਕਮੇਟੀ ਦੇ ਬਿਠਾ ਦਿਓ, ਸਾਡਾ ਇੱਕੋ ਹੀ ਨਿਊਟਰਲ ਆਨਸਰ ਰਹੇਗਾ ਕਿ ਸਾਡਾ ਜੋ ਮੁੱਦਾ ਹੈ ਲਾਅ ਦਾ, ਅਸੀਂ ਰੀਲ ਕਰਾਉਣਾ ਹੈ, ਅਸੀਂ ਕਿਸੇ ਦੇ ਆਖੇ ਨਹੀਂ ਲੱਗਣਾ, ਨਾ ਸਾਨੂੰ ਕਮੇਟੀ ਨਾਲ ਮਤਲਬ ਹੈ ਤੇ ਨਾ ਸਾਨੂੰ ਰਾਜਨੀਤੀ ਨਾਲ ਮਤਲਬ ਹੈ। ਠੀਕ ਹੈ, ਮਤਲਬ ਇਹ ਕਹਿ ਲਈਏ ਕਿ ਜਿੱਦਾਂ ਜਿਹੜੀ ਭਾਰਤ ਸਰਕਾਰ ਆ ਇਸ ਵੇਲੇ ਉਹ ਕਾਫੀ ਅੰਡਰ ਪ੍ਰੈਸ਼ਰ ਆ, ਇੱਕ ਤਾਂ ਕਿਸਾਨਾਂ ਦੇ ਮੋਰਚੇ ਨਾਲ, ਦੂਸਰਾ ਅੰਤਰਰਾਸ਼ਟਰੀ ਪ੍ਰੈਸ਼ਰ ਵੀ ਪੈ ਰਿਹਾ ਉਹਨਾਂ ਦੇ ਉੱਪਰ। ਬਿਲਕੁਲ, ਤੁਹਾਨੂੰ ਲੱਗਦਾ ਕਿ ਅੰਤਰਰਾਸ਼ਟਰੀ ਪ੍ਰੈਸ਼ਰ ਵੀ ਵੱਧ ਰਿਹਾ ਉਹਨਾਂ ਦੇ ਸਰਕਾਰ ਦੇ ਉੱਪਰ, ਭਾਰਤ ਸਰਕਾਰ ਦੇ? ਡੈਫੀਨੇਟਲੀ ਵੱਧ ਰਿਹਾ, ਖਾਸ ਕਰਕੇ ਸੁਪਰੀਮ ਕੋਰਟ ਦੀ, ਲਾਈਕ ਆਈ ਸੈਡ ਇਨੀਸ਼ੀਅਲੀ, ਦਿਸ ਇਜ਼ ਦ ਬਿਗ ਥਿੰਗ ਇਨ ਲਾਅ, ਵੈਨ ਦ ਸੁਪਰੀਮ ਕੋਰਟ ਆਰਡਰਸ ਦ ਹੋਲਡ ਆਫ ਇੰਪਲੀਮੈਂਟੇਸ਼ਨ ਆਫ ਐਨੀ ਕਰੰਟ ਲਾਅਸ, ਦਿਸ ਇਜ਼ ਇਫੈਕਟਿਵ ਲੀਗਲ ਇਫੈਕਟ ਇਜ਼ ਵੇ ਮੱਚ। ਹੁਣ ਇਹ ਸਾਰੀ ਨਿਊਜ਼ ਡੇ ਬਾਈ ਡੇ ਕੈਨੇਡਾ ਤੋਂ ਲੈ ਕੇ, ਅਮੈਰੀਕਾ ਤੋਂ ਲੈ ਕੇ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਯੂਰਪ ਦੇ ਇੱਕ ਇੱਕ ਬੰਦਾ ਜੁੜ ਰਿਹਾ ਕਿ ਅੱਗੇ ਕਿਸਾਨਾਂ ਲਈ ਅਸੀਂ ਕਿਵੇਂ ਹੈਲਪ ਕਰ ਸਕਦੇ, ਜਿਵੇਂ ਸਮੁੰਦਰ ਦੀ ਹਰ ਬੂੰਦ ਹੁੰਦੀ ਹੈ ਉਵੇਂ ਕਰ ਰਹੇ ਨੇ, ਵੀ ਹਰ ਜਗ੍ਹਾ ਮੀਡੀਆ ਪਹੁੰਚੇ, ਇਸ ਚੀਜ਼ ਨੂੰ ਪ੍ਰੋਪਾਗੰਡਾ ਫੈਲਾਇਆ ਜਾਏ ਤਾਂ ਕਿ ਇੰਟਰਨੈਸ਼ਨਲੀ ਮੀਡੀਆ ਵੀ ਪ੍ਰੈਸ਼ਰ ਪਾਵੇ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਲਾਸਟ, ਅਸੀਂ ਗੱਲ ਕੀਤੀ ਸੀ ਕਿ ਜਿਹੜੀ ਰੈਲੀ UNO ਦੇ ਸਾਹਮਣੇ ਹੋ ਰਹੀ ਹੈ ਤੇ ਉਹਨਾਂ ਲਾਜ਼ ਹੈ ਜੋ ਆਪਾਂ ਕੱਲ ਵੀ ਡਿਸਕਸ ਕੀਤੇ ਸੀ, ਦੇ ਆਰ ਵੈਰੀ ਐਕਸਪਲਿਸਿਟਲੀ ਵੋਲੰਟਰੀ ਲਾਜ਼ ਜਿਹੜੇ ਉਹਨਾਂ ਦੇ ਫੇਵਰ ਚ ਨੇ ਫਾਰਮਰਸ ਦੇ, ਤੇ ਜਿਹੜੇ ਲਾਜ਼ ਬਣੇ ਆ ਕਲੀਅਰਲੀ ਐਂਟੀ ਫਾਰਮਰ ਲਾਜ਼ ਜਿਹੜੇ ਉਹਨਾਂ ਨੂੰ ਲੱਗ ਵੀ ਰਹੇ ਨੇ ਤੇ ਹੈ ਵੀ, ਤੇ ਇਸੇ ਕਰਕੇ ਇੰਟਰਨੈਸ਼ਨਲ ਮੀਡੀਆ ਦਾ ਪ੍ਰੈਸ਼ਰ ਪਏਗਾ ਤਾਂ ਹੀ ਕੁਛ ਮੈਨੂੰ ਲੱਗਦਾ ਗਲੋਬਲੀ, ਕਿਉਂਕਿ ਜਿਵੇਂ ਅਸੀਂ ਡਿਸਕਸ ਕੀਤਾ ਸੀ, ਸਿਰਫ ਪੰਜਾਬ ਦੇ ਫਾਰਮਰਸ ਨਹੀਂ ਆ ਉੱਥੇ, ਹਰਿਆਣਾ, ਰਾਜਸਥਾਨ ਦੇ, ਮੱਧ ਪ੍ਰਦੇਸ਼ ਦੇ, ਸਾਰੇ ਇੰਡੀਆ ਦੇ ਫਾਰਮਰਸ ਉੱਥੇ ਬੈਠੇ ਨੇ। ਦੀਪਿੰਦਰ ਜੀ, ਜਿੱਦਾਂ ਇਹ ਚਲੋ ਕਾਨੂੰਨੀ ਪੱਖ ਜਾਂ ਆਪਾਂ ਸੁਪਰੀਮ ਕੋਰਟ ਦੀ ਗੱਲ ਕੀਤੀ, ਥੋੜੀ ਜਿਹੀ ਗੱਲ ਮੈਂ ਜਿਹੜੀ ਹੈ ਰਾਜਨੀਤਿਕ ਵੀ ਕਰਾਂਗਾ, ਪੋਲੀਟੀਕਲ, ਕਿ ਜਿੱਦਾਂ ਇਹ ਤਾਂ ਪਤਾ ਕਿ BJP ਦੀ ਸਰਕਾਰ ਆ ਜਿਹੜੀਆਂ ਉਹਨਾਂ ਸਹਿਮਤ ਜਥੇਬੰਦੀਆਂ ਹੋ ਸਕਦਾ ਉਹ ਨਾ ਬੋਲਣ, ਪਰ ਜਿਹੜੀ ਆਪੋਜੀਸ਼ਨ ਪਾਰਟੀਆਂ ਵੀ ਆ ਚਾਹੇ ਕੋਈ ਵੀ ਆ, ਉਹਨਾਂ ਦਾ ਇਸ ਵੇਲੇ ਕੀ ਰੋਲ ਬਣਦਾ? ਮਤਲਬ ਉਹ ਪ੍ਰੈਸ਼ਰ ਨਹੀਂ ਪਾ ਸਕਦੇ ਕਿ ਤੁਸੀਂ ਇਹਨੂੰ ਦੁਬਾਰਾ ਮਤਲਬ ਸੰਸਦ ਦੇ ਵਿੱਚ ਲੈ ਕੇ ਆਵੋ, ਇਹ ਤੇ ਵਿਚਾਰ ਕਰੀਏ, ਜਾਂ ਕਿੱਦਾਂ ਇੱਦਾਂ ਦੀ ਚੀਜ਼ ਤੁਹਾਨੂੰ ਲੱਗਦਾ ਕਿ ਆਪੋਜੀਸ਼ਨ ਆਪਣਾ ਰੋਲ ਵਧੀਆ ਨਿਭਾ ਰਹੀ ਆ ਜਾਂ ਉਹ ਚੁੱਪ ਕਰਕੇ ਉਹ ਵੀ ਬੈਠੇ? ਦੇਖੋ ਜੀ, ਕੋਈ ਵੀ ਆਪੋਜੀਸ਼ਨ ਹੋਵੇ ਜਾਂ BJP, ਜੇ ਆਪਣਾ ਫਰਜ਼ ਨਿਭਾਉਂਦੇ ਹੁੰਦੇ ਤੇ ਅੱਜ ਉਹ ਫਾਰਮਰ ਸੜਕਾਂ ਤੇ ਰੁਲਦੇ ਨਾ। ਇਨਸਾਨ ਨੂੰ ਹੱਥ, ਕਾਨੂੰਨ ਨੂੰ ਜਿਹੜਾ ਹੱਥ ਚ ਲੈਣਾ ਪੈਂਦਾ ਹੈ, ਇਹ ਅੱਜ ਪ੍ਰੋਟੈਸਟ ਦਾ ਮਤਲਬ ਹੀ ਇਹੀ ਹੈ ਕਿ ਸਾਡੀਆਂ ਮੰਗਾਂ ਕਿੱਥੇ ਪੂਰੀਆਂ ਨਹੀਂ ਹੋਈਆਂ, ਤਾਂ ਹੀ ਉਹ ਸੜਕਾਂ ਕਰਕੇ ਆਪਣੇ ਹੱਕ ਲਈ ਉਹ ਖੁਦ ਲੜ ਰਹੇ ਨੇ। ਇਸ ਕਰਕੇ ਇਹ ਬਲੇਮ ਗੇਮ ਕਰਨੀ ਕਿ ਆਪੋਜੀਸ਼ਨ ਪਾਰਟੀ ਨਹੀਂ ਕਰ ਰਹੀ ਹੈ, ਕਰੰਟ ਪਾਰਟੀ ਨਹੀਂ ਕਰ ਰਹੀ ਹੈ, ਆਪਣੀ ਸਾਡੀ ਸਟੇਟ ਗਵਰਨਮੈਂਟ ਨਹੀਂ ਕਰ ਰਹੀ, ਇਹ ਬੜਾ ਉਹਨਾਂ, ਜੇ ਉਹਨਾਂ ਦੇ ਉੱਤੇ ਡਿਪੈਂਡੈਂਟ ਰਹਿਣ ਤੇ ਸਾਲੋ ਸਾਲ ਇਹ ਲਾਅ, ਜੇ ਉਹ ਪ੍ਰੋਟੈਸਟ ਵੀ ਨਾ ਕਰਦੇ ਤਾਂ ਇਹ ਲਾਅ ਤਾਂ ਕਦਾ ਅਪਲਾਈ ਹੋ ਚੁੱਕਾ ਸੀ, ਦਿਸ ਵਾਸ ਐਪਲੀਕੇਬਲ। ਇਹ ਤਾਂ ਹੀ ਉਹਨਾਂ ਨੇ ਇਹ ਮੋਰਚਾ ਕੱਢਿਆ, ਇਹ ਮੁਹਿੰਮ ਜਿਹੜੀ ਸਾਡੀ ਇਕੱਠੀ ਹੋਈ ਹੈ ਉੱਥੇ, ਇਸ ਵਜ੍ਹਾ ਨਾਲ ਹੋਈ ਹੈ ਕਿ ਇਹ ਉਹ ਕਿਸੇ ਵੀ ਹੱਦ ਤੋਂ ਪੋਲੀਟੀਕਲੀ ਜਾਂ ਕਿਸੇ ਵੀ ਆਪਣੇ ਹੱਥ ਚੋਂ ਲੈਣਾ ਚਾਹੁੰਦੇ ਨੇ ਇਸ ਪ੍ਰੋਟੈਸਟ ਨੂੰ, ਕਿ ਅਸੀਂ ਆਪਣੇ ਹੱਕ ਨੂੰ, ਫੰਡਾਮੈਂਟਲ ਰਾਈਟ ਨੂੰ ਲੈ ਕੇ ਹਟਣਾ। ਇਹੀ ਵੱਡਾ ਕਾਰਨ ਹੈ ਕਿ ਜਿਹੜਾ ਸਟੇਜ ਦੇ ਲਾਗੇ ਵੀ ਜਾਂ ਪਾਰਟਿਸਪੇਟ ਨਹੀਂ ਕਰਨ ਦਿੱਤਾ ਜਾਂਦਾ, ਜਿਹੜੇ ਸਿਆਸੀ ਲੋਕ ਆ ਉਹਨਾਂ ਨੂੰ ਲਾਗੇ ਵੀ ਨਹੀਂ, ਬੇਸ਼ੱਕ ਉਹ ਪਿੱਛੇ ਰਹਿ ਕੇ ਮਦਦ ਕਰਦੇ ਆ, ਸਾਰੀਆਂ ਪਾਰਟੀਆਂ ਵੀ ਕਰਦੀਆਂ ਹੋਣਗੀਆਂ, ਲੇਕਿਨ ਕਿਸੇ ਨੂੰ ਸਟੇਜ ਦੇ ਮੋਹਰੇ ਆਗੂ ਦੇ ਰੂਪ ਦੇ ਵਿੱਚ ਬਿਲਕੁਲ ਨਹੀਂ ਉਭਾਰਿਆ ਜਾ ਰਿਹਾ। ਬਿਲਕੁਲ ਜੀ, ਕਿਉਂਕਿ ਇਸ ਟਾਈਮ ਜਿਹੜਾ ਹੈ ਉਹ ਕਹਿੰਦੇ ਹੈ ਅੱਗ ਦੇ ਢੇਰ ਦੇ ਉੱਤੇ ਬੈਠੇ ਹੋਏ ਨੇ, ਕਿ ਕੋਈ ਗਲਤ ਸਟੇਟਮੈਂਟ ਖਾਸ ਕਰਕੇ ਮੀਡੀਆ ਨਾਲ ਐਕਸਪਲੋਇਟ ਹੋ ਕੇ ਉਹਨਾਂ ਦੇ ਪ੍ਰੋਟੈਸਟ ਦੀ ਜਿਹੜਾ ਵਜੂਦ ਨਾ ਖਤਮ ਕਰੇ। ਇਸ ਕਰਕੇ ਜਿਵੇਂ ਹੀ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉਹ ਫੂਕ ਫੂਕ ਕੇ ਕਦਮ ਲੈ ਰਹੇ ਨੇ ਕਿ ਸਾਡਾ
ਸਰਫੇਸ ਜਿਹੜਾ ਡਾਇਲਿਊਟ ਨਾ ਹੋਵੇ, ਈਵਨ ਕਿ ਕਿੰਨੇ ਸਟਾਰਸ ਉੱਥੇ ਪਹੁੰਚੇ ਨੇ, ਉਹਨਾਂ ਨੇ ਭਾਸ਼ਣ ਦਿੱਤਾ, ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਰੋਕਤਾ ਕਿ ਕੋਈ ਵੀ ਇਹੋ ਜਿਹਾ ਪੋਲੀਟੀਕਲ ਏਜੰਡਾ, ਕੋਈ ਵੀ ਪਾਰਟੀ ਦਾ ਪੱਖ ਜਾਂ ਕਿਸੇ ਦੀ ਨਿੰਦਿਆ ਨਾ ਕਰੋ ਇੱਥੇ, ਜੋ ਮੁੱਦਾ ਹੈ ਸਾਡਾ ਉਸ ਨੂੰ ਕਰੋ ਤੇ ਇਸ ਮੁੱਦੇ ਨੂੰ ਹੋਰ ਸਟਰੋਂਗ ਬਣਾਓ। ਹਾਂ, ਉਹ ਤੇ ਮੈਂ ਖੁਦ ਵੀ ਦੇਖਿਆ ਵੀ ਜਦੋਂ ਕਈ ਵਾਰੀ ਕਈ ਆ ਰਹੇ ਜਿੱਦਾਂ ਜੋਸ਼ ਦੇ ਵਿੱਚ ਆ ਕੇ ਕੋਈ ਸਟੇਜ ਤੇ ਇਹੋ ਜਿਹੇ ਲਫ਼ਜ਼ ਜਾਂ ਇਹੋ ਜਿਹੀਆਂ ਗੱਲਾਂ ਵੀ ਕਰ ਦਿੰਦੇ ਆ, ਤੇ ਸਟੇਜ ਸਕੱਤਰ ਜਿਹੜੇ ਉਹਨਾਂ ਦੀ ਸੰਯੁਕਤ ਕਿਸਾਨ ਕਮੇਟੀ ਆ ਉਹ ਰੋਕਦੀ ਆ, ਉਹ ਕਹਿੰਦੇ ਆਹ ਗੱਲ ਨਾ ਕਰੋ। ਇਸ ਕਰਕੇ ਉਹਨਾਂ ਨੂੰ ਪਤਾ ਆ ਵੀ ਇਹਨਾਂ ਗੱਲਾਂ ਦੇ ਬਾਅਦ ਚ ਅਸਰ ਮਾੜੇ ਪੈ ਸਕਦੇ ਆ ਜਾਂ ਮੋਰਚੇ ਨੂੰ ਨੁਕਸਾਨ ਹੋ ਸਕਦਾ, ਉਹ ਬੜਾ ਸੋਚ ਸੋਚ ਕੇ ਚੱਲਦੇ ਆ। ਹਾਂਜੀ, ਤੇ ਦੀਪਿੰਦਰ ਜੀ, ਜਿੱਦਾਂ ਜਿਹੜਾ ਤੁਸੀਂ ਆਪਾਂ 15 ਤਰੀਕ ਦੀ ਰੈਲੀ ਕਰ ਰਹੇ ਹਾਂ, ਕਦੇ ਆਪਾਂ ਉੱਥੇ ਦੁਬਾਰਾ ਥੋੜਾ ਜਿਹਾ ਜਾਣਾ ਚਾਹੁੰਦੇ ਹਾਂ ਵਾਪਸ, ਵੀ ਜਿਹੜਾ 15 ਤਰੀਕ ਦਾ ਪ੍ਰੋਗਰਾਮ ਹੋ ਰਿਹਾ ਇਹਦਾ ਮਤਲਬ ਜੇ ਆਪਾਂ ਕਹੀਏ ਵੀ ਇੱਥੇ ਵਿਦੇਸ਼ਾਂ ਦੇ ਵਿੱਚ ਕਰਨ ਦਾ, ਜਿੱਦਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਦੇ ਵੀ ਦਿੱਤਾ ਜਿੰਨਾ ਕੁ ਦਿੱਤਾ, ਚਾਹੇ ਉਹ ਚੰਗਾ ਜਾਂ ਮਾੜਾ, ਇਹਨੂੰ ਲੈ ਕੇ ਏਦਾਂ ਤਾਂ ਨਹੀਂ ਕਿ ਪ੍ਰੋਗਰਾਮ ਚੇਂਜ ਹੋਜੂਗਾ ਜਾਂ ਹਾਲੇ ਤੁਸੀਂ ਆਪਣਾ ਪ੍ਰੋਗਰਾਮ ਉਸ ਤਰ੍ਹਾਂ ਹੀ ਰੱਖੋਗੇ? ਨਹੀਂ, ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ, ਕਿਉਂਕਿ ਇਸ ਤੋਂ ਬਾਅਦ ਸੁਪਰੀਮ ਸਟੇਟਮੈਂਟ ਆਉਣ ਤੋਂ ਬਾਅਦ ਹੀ ਫਾਰਮਰਸ ਨੇ ਕਲੀਅਰਲੀ ਕਹਿਤਾ ਕਿ ਅਸੀਂ ਕਮੇਟੀ ਚ ਬਿਲੀਵ ਨਹੀਂ ਕਰਦੇ, ਸਾਡਾ ਪ੍ਰੋਟੈਸਟ ਜਾਰੀ ਰਹੇਗਾ। ਇਸੇ ਕਰਕੇ ਜੋ ਸਾਡੀ ਪਲੈਨਿੰਗ ਇੱਥੇ, ਜਿਹੜਾ ਤੁਹਾਨੂੰ ਕੱਲ ਹਰਮਿੰਦਰ ਸਿੰਘ ਖਾਲਸਾ ਜੀ ਨੇ ਵੀ ਕਿਹਾ ਸੀ ਕਿ ਜਦੋਂ ਇਹ ਪ੍ਰੋਟੈਸਟ ਹੁੰਦਾ ਹੈ, ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਚ ਬਾਹਰਲੇ ਮੁਲਕਾਂ ਚ, ਤੁਹਾਨੂੰ ਪਹਿਲਾਂ ਪ੍ਰੋਟੈਸਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਉਹ ਪ੍ਰੋਟੈਸਟ ਨੂੰ ਪੂਰਾ ਪੜ੍ਹਦੇ ਨੇ, ਉਹਨਾਂ ਦੇ ਰੀਜ਼ਨ ਨੂੰ ਪੜਦੇ ਨੇ, ਜੇ ਉਹਨਾਂ ਨੂੰ ਜਸਟੀਫਾਈ ਲੱਗਦਾ ਹੈ ਤਾਂ ਉਹ ਤੁਹਾਨੂੰ ਸੜਕਾਂ ਤੇ, ਖਾਸ ਕਰਕੇ ਤੁਹਾਨੂੰ ਪਤਾ ਹੈ ਕਰੋਨਾ ਕਰਕੇ, ਕੋਵਿਡ ਰਿਸਟ੍ਰਿਕਸ਼ਨਸ ਕਰਕੇ ਉਹਨਾਂ ਨੇ ਸਿਰਫ 100 ਬੰਦਾ ਅਲਾਓ ਕੀਤਾ। ਬਟ ਸਾਡਾ ਇਹੀ ਮਕਸਦ ਹੈ ਕੱਲ ਕਿ ਜਿੰਨੇ ਵੀ ਉੱਥੇ ਸਾਡੇ ਇੰਡੀਅਨ ਫੈਮਿਲੀ ਜਿਹੜੀਆਂ ਹੈਗੀਆਂ ਨੇ ਰੋਮ ਦੀਆਂ, ਜਾਂ ਇੱਧਰੋਂ ਇਟਲੀ ਤੋਂ ਆ ਰਹੇ ਨੇ, ਕਈ ਲੋਕ ਪੈਰਿਸ ਤੋਂ ਆ ਰਹੇ ਨੇ, ਕਈ ਲੋਕ ਸਵਿਟਜ਼ਰਲੈਂਡ ਤੋਂ ਆ ਰਹੇ ਨੇ, ਸਾਡਾ ਕੋਈ ਹੈ ਕਿ UNO ਦੇ ਸਾਹਮਣੇ, ਉਹ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਸਾਹਮਣੇ ਅਸੀਂ ਆਪਣਾ ਪੱਖ ਰੱਖੀਏ, ਤੇ ਉੱਥੇ ਪਟੀਸ਼ਨ ਅਸੀਂ ਤੁਹਾਨੂੰ ਫੇਰ ਕਹਾਂਗੇ ਕਿ ਪਟੀਸ਼ਨ ਪਲੀਜ਼ ਉਹ ਫਾਈਲ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਕੋਲ ਉਹ ਪਟੀਸ਼ਨ ਹੋਵੇ, ਸਾਈਨ ਹੋਣ, ਤਾਂ ਕਿ ਅਸੀਂ ਆਪਣਾ ਮੁੱਦਾ ਇੰਟਰਨੈਸ਼ਨਲ ਪ੍ਰੈਸ਼ਰ, ਦੇਖੋ ਜੀ ਸਾਡੇ ਲਈ ਬਹੁਤ ਸੌਖਾ ਇੱਥੋਂ ਗੱਲ ਕਰਨੀ, ਕੁਛ ਕਹਿਣਾ, ਪਰ ਐਕਚੁਅਲ ਜ਼ੀਰੋ ਗਰਾਊਂਡ ਤੇ ਉਹ ਬੈਠੇ ਨੇ, ਤੇ ਜੇ ਸਾਡਾ ਫਰਜ਼ ਇਹ ਹੈ ਕਿ ਅਸੀਂ ਬਾਹਰ ਦੇ ਦੇਸ਼ਾਂ ਮੁਲਕਾਂ ਚ ਵੀ ਬਹਿ ਕੇ ਆਪਣਾ ਫਰਜ਼ ਨਿਭਾਈਏ, ਤਾਂ ਮੈਨੂੰ ਲੱਗਦਾ ਕਿਸਾਨਾਂ ਲਈ ਇਹ ਵੀ ਬਹੁਤ ਵੱਡੀ ਜਿੱਤ ਹੈ ਕਿ ਅੱਜ ਉਹਨਾਂ ਦੇ ਇੱਕ ਮੁੱਦੇ ਲਈ ਦੁਨੀਆ ਇਕੱਠੀ ਹੋਈ। ਜਿਸ ਤਰ੍ਹਾਂ ਇਹ ਪ੍ਰੋਗਰਾਮ ਦਾ ਮੈਂ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਹੋਰ ਦੱਸ ਦਿਓ ਕਿ ਕੱਲ ਕਈਆਂ ਦੇ ਬਾਅਦ ਫੋਨ ਆਇਆ ਕਿ ਸਾਨੂੰ ਇਹ ਪੂਰਾ ਪਤਾ ਨੀ ਲੱਗਾ ਵੀ ਕਿੱਥੇ ਹੋ ਰਿਹਾ, ਕੌਣ ਆ, ਕਿਹਦੇ ਅੱਗੇ ਸੀ, ਇਹ UNO ਤੋਂ ਹੋਇਆ, ਇਹ ਕੀ ਕਰ ਕੀ ਰਹੇ ਆ? ਹਾਂਜੀ, ਐਗਜੈਕਟਲੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ 15 ਤਰੀਕ, ਦੈਟ ਇਜ਼ ਫਰਾਈਡੇ, ਪਰਸੋਂ ਨਹੀਂ ਤਰਸੋਂ ਪਰਸੋਂ ਫਰਾਈਡੇ 15 ਜਨਵਰੀ ਨੂੰ ਸਾਡੀ ਇਹ ਰੈਲੀ ਰੋਮ ਇਟਲੀ UNO ਦੇ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਦੇ ਸਾਹਮਣੇ ਸਾਡੀ ਸਟੇਜ ਲੱਗ ਰਹੀ ਹੈ, ਜਿਹਦੀ ਅਸੀਂ ਲੀਗਲ ਪਰਮਿਸ਼ਨ ਲਈ ਹੈ। ਉਹਦੇ ਉੱਤੇ ਸਾਡਾ ਇੱਕੋ ਏਜੰਡਾ, ਜੋ ਫਾਰਮਰਸ ਇੰਡੀਅਨ ਪ੍ਰੋਟੈਸਟ ਚੱਲ ਰਿਹਾ, ਉਸਦੇ ਵਿੱਚ ਅਸੀਂ ਇੱਥੇ ਪ੍ਰੋਟੈਸਟ ਕਰਕੇ ਹੀ ਦੱਸ ਰਹੇ ਹਾਂ ਕਿ ਇੰਡੀਅਨ ਗਵਰਨਮੈਂਟ ਹੈਜ਼ ਇਫੈਕਟਿਵਲੀ ਫੇਲਡ, ਐਂਡ ਜਿਹੜੇ ਟੀਅਰ ਗੈਸ ਐਂਡ ਵਾਟਰ ਕੈਨਨ ਦਾ ਉਹਨਾਂ ਦੇ ਉੱਤੇ ਅਟੈਕ ਹੋਇਆ, ਉਹਨਾਂ ਦਾ ਪੀਸਫੁਲ ਪ੍ਰੋਟੈਸਟ ਹੋਇਆ, ਉਸ ਤੋਂ ਬਾਵਜੂਦ ਇੰਡੀਅਨ ਗਵਰਨਮੈਂਟ ਹੈਜ਼ ਇਫੈਕਟਿਵਲੀ ਫੇਲਡ, ਤੇ ਸਾਡੇ ਵੱਲੋਂ ਇੱਕ ਕੋਸ਼ਿਸ਼ ਹੈ ਕਿ ਇਸ ਤੋਂ ਬਾਅਦ ਜਿਹੜਾ ਉੱਥੇ ਮੀਡੀਆ ਵੀ ਬਹੁਤ ਆ ਰਿਹਾ ਜੀ, ਇਸ ਕਰਕੇ ਇੰਟਰਨੈਸ਼ਨਲ ਮੀਡੀਆ ਜਦੋਂ ਇਹ ਨਿਊਜ਼ ਹਾਈਲਾਈਟ ਕਰੇਗਾ, ਐਂਡ ਲਾਈਕ ਹਰਮਿੰਦਰ ਸਿੰਘ ਖਾਲਸਾ ਜੀ ਸੈਡ ਕਿ ਦਿਸ ਇਜ਼ ਦਾ ਫਸਟ ਬਿਗੈਸਟ ਰੈਲੀ ਵਿਚ ਇਜ਼ ਹੈਪਨਿੰਗ ਇਨ ਯੂਰਪ ਫੋਰ ਦ ਪ੍ਰੋਟੈਸਟ ਆਫ ਫਾਰਮਰਸ। ਹਾਂਜੀ, ਤੇ ਜਿਸ ਤਰ੍ਹਾਂ ਸੋਰੀ 5 ਵਜੇ ਤੋਂ 4:30 ਵਜੇ ਦੇ ਵਿੱਚ ਵਿੱਚ ਹੈ ਐਗਜੈਕਟਲੀ ਐਡਰੈਸ, ਇਹ ਲਿੰਕ ਮੈਂ ਤੁਹਾਨੂੰ ਤੁਹਾਡੇ ਕੋਲ ਹੋਣਾ ਹੈ, ਤੇ ਹਾਂਜੀ ਇੱਕ ਜਿਹੜੀ ਪਟੀਸ਼ਨ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਉਹ ਕਿੱਦਾਂ, ਜਿੱਦਾਂ ਜੇ ਕਿਸੇ ਨੇ ਕਰਨਾ ਹੈ ਤਾਂ ਉਹਨੂੰ ਲਿੰਕ ਤਾਂ ਪਾਏ ਵੀ ਅਸੀਂ ਆਪਣੇ ਜਿੱਦਾਂ ਆਵਾਜ਼ ਕੌਮ ਦੇ ਵੀ ਪਲਾਇਆ ਪੇਜ ਦੇ ਉੱਪਰ, ਤੇ ਜਿਹੜੇ ਲੋਕਾਂ ਦੇ ਕੋਲ ਲਿੰਕ ਆ, ਕੀ ਲਿੰਕ ਬੇਸ਼ੱਕ ਬੋਲ ਕੇ ਵੀ ਦੱਸ ਦਿਓ ਕੀ ਆ ਜੇ ਦੱਸਣਾ ਚਾਹੁੰਦੇ ਤੁਸੀਂ, ਜੇ ਉਹ ਕਾਰਨ ਤੇ ਉਹਦੇ ਚ ਉਹਨਾਂ ਨੂੰ ਦੇਣ ਇਹਦੇ ਸਾਈਨ ਕਰਨੇ ਕੀ ਕਰਨਾ ਪੈਣਾ? ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਜਿਹੜੀ ਪਟੀਸ਼ਨ ਹੈ ਇਹ ਅਸੀਂ ਲਿੰਕ ਭੇਜਿਆ, ਉਸਨੂੰ ਤੁਸੀਂ ਕਲਿੱਕ ਕਰੋਗੇ, ਉਹਦੇ ਵਿੱਚ ਤੁਸੀਂ ਸਿਰਫ ਆਪਣਾ ਨਾਮ ਪਾਉਣਾ ਹੈ ਤੇ ਸਰਨੇਮ ਪਾਉਣਾ ਤੇ ਈਮੇਲ ਐਡਰੈਸ ਪਾਉਣਾ। ਉਸ ਤੋਂ ਕਰਦੇ ਹੀ ਤੁਹਾਨੂੰ ਇੱਕ ਵੈਰੀਫਿਕੇਸ਼ਨ ਆ ਜਾਏਗੀ ਆਪਣੀ ਈਮੇਲ ਤੇ ਕਿ ਤੁਸੀਂ ਹੋ, ਤੁਸੀਂ ਉਸ ਲਿੰਕ ਨੂੰ ਕਲਿੱਕ ਕਰੋਗੇ, ਉਹ ਤੁਹਾਡਾ ਆਟੋਮੈਟਿਕਲੀ ਇੱਕ ਚਲਾ ਜਾਏਗਾ ਕਿ ਹਾਂਜੀ ਤੁਸੀਂ ਵਨ ਆਫ ਦ ਮੈਂਬਰਸ ਬਣ ਗਏ ਜਿਹਨੇ ਪਟੀਸ਼ਨ ਸਾਈਨ ਕੀਤਾ। ਸੋ ਇਸ ਪਟੀਸ਼ਨ ਦਾ ਲਿੰਕ ਐਕਸਪਲਿਸਿਟਲੀ ਮੈਂ ਤੁਹਾਨੂੰ ਹੁਣੀ ਦੱਸ ਦਿੰਦੀ ਹਾਂ ਜੀ। ਹਾਂਜੀ,
हाँ जी दर्शको, आप एडवोकेट दीपिंदर कौर जी दे नाल गलबात कर रहे हैं। स्विट्जरलैंड तो दे जिहड़ा खाना दे मुद्दे आ उहदे ते आपां गलबात कर रहे हैं, ते ओह थोड़ा आप जी नूं होर वी दसणगे कि जिहड़ी पटीशन आ उहदा की मतलब है, किदां करनी है, ते उहदा लिंक दा अगर तुसी कॉल करके बैठ कोई सवाल करना चाहुंदे आ जां कोई पुछना चाहुंदे जां वैसे किसानां दे बारे दसणा चाहुंदे ते लाइनां खुल्लियां ने, तुसी कॉल कर सकदे हो, स्क्रीन ते नंबर वी आ रहा। हाँ जी हाँ जी, ये जेड़ी FAQ UN इदा पिटिशन दा नाम है, ए दिस इज हाईली डन टू इंटरवीन इन द फार्मर्स प्रोटेस्ट। परमिशन है नहीं ड्यू टू कोविड रिस्ट्रिक्शंस, इस करके 100 बंदे दा परमिशन ली है, वो प्रॉपर पुलिस सिक्योरिटी सानू उत्थे दित्ती जाएगी उस UNO दे बाहर, ते जेड़े सदे ओ आई थिंक ऑनलाइन लाइव भी ब्रॉडकास्ट होएगा, उदा सानू तक लिंक आया नहीं है, बट ओ होपफुली लाइव भी ब्रॉडकास्ट होएगा। हां जी, अच्छा वी कैन जिद्दा मतलब जेड़े उत्थे नहीं आ सकदे ओ किद्दा पार्टिसिपेट, किद्दा सिर्फ ऑनलाइन ही करनी जां कोई होर भी तरीका हैगा जेदे च अपना हिस्सा लपा सकदे ओ? सब तो पहला तो पिटीशन साइन करन, आई थिंक सब तो वड्डा सपोर्ट ओही है फार्मर्स ली, क्योंकि सानू 1 लाख साइन चाहिदे आ ओदे लई उस पिटीशन लई, बट ए लाइव सपोर्ट भी ओ कर सकदे ने सानू, क्योंकि हर बंदा दूर अंदेशी तो नहीं पहुंच सकदा, ते लाइव करन सानू वद तो वद उस बैनर नू उस नू फॉरवर्ड करन, उस पिटीशन नू साइन करन, ए सब तो वड्डा साडे लई ई सपोर्ट है। हां जी, ते कल जैसे जिदा किसानां ने भी उत्थे ऐलान कीता कि उन्होंने जिहड़ा लोहड़ी दा त्योहार आ ओ दुल्ला भट्टी नू लैके जिहड़ा एक मतलब सभ्याचार के जिहड़ी लोकी मनाउंदे आ लोहड़ी ओनू लैके भी ओ भी उस वेले दे जालमां दे नाल जिहड़े लोक अत्याचार करदे सी उन्हां दे लड़े, तो उन्हां दा कल दा प्रोग्राम उत्थे भी हैगा लोहड़ी दा, ते परसों तुहानूं पता मुक्तसर दे शहीदां दा दिन आ, माघी दा जिहड़ा दिहाड़ा आ रहा, इहनूं लैके भी किसान उत्थे मतलब प्रोग्राम कर रहे आ। आपां भी विदेशां दे विच बैठे आ, तुहाडा भी कोई सुनेहा जिद्दां तुसीं अपने वल्लों भी कहना चाहुंदे वी इह जिहड़े दिन साडे लई शहीदियां दे आउंदे आ जां जिहड़े उहनां सूरमियां दे आउंदे आ, ते इहनां दे विच सानूं किद्दां पार्टिसिपेट करना चाहीदा? ए बहुत ही अच्छा तुसी ए शब्द कहे ने, क्योंकि ए साडे लई पिछे सर्दी च वी जेड़े कैर दा महीना साडे सिक्खी विच गुजरिया, ते हुण जेड़े वाले लोहड़ी त्योहार है, ते अगे मैं ही कहांगी सारे सिखा भरावां नूं, ते सिखा नूं वी नहीं क्योंकि हरियाणे ते राजस्थान दे मध्य प्रदेश दे दुनिया दे उत्थे बैठे ने, मैं ही कहांगी एकजुट हो के ये वध तो वध इन्हां दे प्रोटेस्ट लई असीं जिन्ना कुछ कर सकते हैं, क्योंकि विदेशों लोकी पहुंच नहीं सकते, बॉर्डरां ते तां लोकी पहुंच रहे ने जिथे प्रोटेस्ट लाइव चल रहा है, जिन्ना भी हो रहा उन्हां नूं लक्कड़ भी पहुंचाई जा रही है, ऑर्गेनिक कोयला भी पहुंचाया जा रहा है, ताकि उन्हां दी सर्दी विच कुछ हेल्प हो सके। मैं ऑन ग्राउंड यही कहांगी जिहड़े लोग उत्थे ने उन्हां दी वध तों वध मदद की जाए, उन्हां दी सपोर्ट की जाए, बी इट फाइनैंशियल बी इट यू नो इन एनी फॉर्म, ताकि वो जिहड़े ठंड च कैर च बैठे ने, ते बाहरों असीं यही करांगे कि असीं अपना जिन्ना फर्ज निभा सकते, जिवें आवाज़े कौम स्टूडियो नूं मैं स्पैशल थैंक यू कहना चाहांगी, क्योंकि इन्हां ने साडी रैली नूं काफ़ी अगे प्रमोट किया, ते उस करके सानूं काफ़ी पिटिशन होर भी फाइल हुई ने, सो इस करके स्पैशल थैंक्स टू आवाज़े कौम। जिस तरह तुसीं मतलब इस जिहड़ा एडवोकेट हो, ਇੱਦਾਂ ਜਿੱਦਾਂ ਗੀਤਕਾਰ ਜਾਂ ਹੋਰ ਬਹੁਤ ਹਰ ਵਰਗ ਜਿੱਦਾਂ ਉੱਥੇ ਕਿਸਾਨਾਂ ਦੇ ਨਾਲ ਜੁੜਿਆ ਹੈ, ਤੇ ਪੰਜਾਬ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਤੁਹਾਡਾ ਵਰਗ ਵੀ ਕਿਸਾਨਾਂ ਦੇ ਨਾਲ ਜੁੜਿਆ ਹੈ ਕਾਫੀ, ਉਹਨਾਂ ਵੱਲੋਂ ਵੀ ਕੋਈ ਜਿੱਦਾਂ ਉੱਥੇ ਕੰਮ ਕੀਤੇ ਜਾ ਰਹੇ? ਹਾਂਜੀ, ਦੇਖੋ ਇੱਥੇ ਜਿਹੜੇ ਲੋਕਲ ਰਹਿੰਦੇ ਨੇ ਉਹਨਾਂ ਨੇ ਸਾਨੂੰ ਪੁੱਛਿਆ, ਜਿਹੜੇ ਗੋਰਿਆਂ ਨੂੰ ਵੀ ਕੋਈ ਨੌਲੇਜ ਨਹੀਂ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਅਗਰ ਕੋਈ ਚੈਰਿਟੀ ਹੈ ਜਿਹਨਾਂ ਨੂੰ ਅਸੀਂ ਫੰਡਸ ਪਹੁੰਚਾ ਸਕਦੇ ਹਾਂ, ਜਾਂ ਤੁਹਾਡੇ ਉਹਨਾਂ ਦੇ ਉਹਨਾਂ ਕੋਲ ਕੁਛ ਹੈਲਪ ਕਰ ਸਕਦੇ ਹਾਂ, ਜਾਂ ਤੁਹਾਡੀ ਪਟੀਸ਼ਨ ਫਾਈਲ ਕਰਕੇ ਹੈਲਪ ਕਰ ਸਕਦੇ ਹਾਂ, ਜਿਸ ਤੋਂ ਜਿੰਨਾ ਬਣ ਰਿਹਾ, ਕੋਈ ਆਰਟੀਕਲਸ ਲਿਖ ਰਿਹਾ, ਕੋਈ ਮੀਡੀਆ 'ਚ ਬਲੌਗ ਲਿਖ ਰਿਹਾ, ਕੋਈ ਆਪਣੇ ਵੱਲੋਂ ਔਨਲਾਈਨ ਆ ਕੇ ਇਹ ਫਾਈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪਟੀਸ਼ਨ, ਸੋ ਆਈ ਥਿੰਕ ਐਵਰੀਬਡੀ ਇਜ਼ ਡੂਇੰਗ ਦੇਅਰ ਓਨ ਬਿਟ ਐਂਡ ਐਵਰੀ ਡ੍ਰੌਪ ਕਾਊਂਟਸ, ਉਹ ਕਹਿੰਦੇ ਬੂੰਦ ਬੂੰਦ ਮਿਲਦਾ ਤੇ ਸਮੁੰਦਰ ਬਣਦਾ, ਤੇ ਇਸ ਕਰਕੇ
ਮੈਨੂੰ ਲੱਗਦਾ ਹੈ ਸਾਡੇ ਵੱਲੋਂ ਸਾਡੇ ਸਾਰੇ ਗਲੋਬਲੀ ਵਰਲਡ ਵੱਲੋਂ ਇਨਸਾਨੀਅਤ ਇਹ ਜਿਹੜੀ ਹਿਊਮੈਨਿਟੀ ਦੀ ਤੇ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ ਆਈ ਥਿੰਕ ਇਹ ਸਾਰਿਆਂ ਨੂੰ ਜੋੜ ਰਹੀ ਹੈ। ਹਾਂਜੀ ਤੇ ਆਪਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਇੱਕ ਵਾਰ ਫੇਰ ਆਪਾਂ ਉੱਥੇ ਚੱਲਾਂਗੇ ਜਿੱਥੋਂ ਆਪਾਂ ਸਟਾਰਟ ਹੋਏ ਸੀਗੇ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਤੇ ਉਦੋਂ ਬਾਅਦ ਕਮੇਟੀ ਬਣਾਈ ਗਈ ਆ ਤੇ ਕਿਸਾਨਾਂ ਦਾ ਪ੍ਰਤੀਕਰਮ ਹੋਇਆ, ਹੋ ਸਕਦਾ ਬਹੁਤ ਜਿਹੜੇ ਦਰਸ਼ਕ ਆ ਬਾਅਦ ਚ ਦੇਖਣ ਲੱਗੇ ਹੁਣ ਪ੍ਰੋਗਰਾਮ, ਤੇ ਜੇ ਆਪਾਂ ਆਖਰ ਦੇ ਵਿੱਚ ਇੱਕ ਵਾਰੀ ਉਹ ਦੱਸ ਦਈਏ ਵੀ ਉਹ ਫੈਸਲੇ ਦੇ ਬਾਰੇ ਜਿਹੜਾ ਮਤਲਬ ਹੁਣ ਕੀ ਅਗਲਾ ਸਟੈਪ ਕੀ ਹੋਣਾ ਚਾਹੀਦਾ ਤੇ ਫੈਸਲੇ ਬਾਰੇ ਤੁਸੀਂ ਐਜ ਏ ਕਾਨੂੰਨੀ ਤੌਰ ਤੇ ਕੀ ਸੋਚਦੇ? ਦੇਖੋ ਜੀ, ਸੁਪਰੀਮ ਕੋਰਟਸ ਟੂਡੇਜ਼ ਸਟੇਟਮੈਂਟ ਵਾਸ ਦੈਟ ਦੇ ਹੈਵ ਹੋਲਡ ਔਨ ਦ ਇੰਪਲੀਮੈਂਟੇਸ਼ਨ ਆਫ ਦ ਲਾਜ਼, ਕਿ ਉਹਨਾਂ ਲਾਜ਼ ਨੂੰ ਫਿਲਹਾਲ ਹੋਲਡ ਤੇ ਰੱਖਿਆ ਗਿਆ ਪ੍ਰਾਇਮਰੀਲੀ ਫੋਰ ਰੀਜ਼ਨਸ ਕਰਕੇ, ਕਿਉਂਕਿ ਉਹਨਾਂ ਨੇ ਕਿਹਾ ਕਿ ਦ ਗਵਰਨਮੈਂਟ ਹੈਜ਼ ਇਫੈਕਟਿਵਲੀ ਫੇਲਡ ਟੂ ਐਕਟ ਔਨ ਇਟ। ਸੈਕਿੰਡਲੀ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਟੈਸਟ ਹੈ ਇਹ ਜਿਹੜਾ ਪੀਸਫੁਲੀ ਪ੍ਰੋਟੈਸਟ ਹੈ ਜਾਰੀ ਰੱਖੋ, ਪਰ ਫਾਰਮਰਸ ਨੂੰ ਦੋ ਤਿੰਨ ਪ੍ਰੋਬਲਮਸ ਇਹਨਾਂ ਦੀ ਸੁਪਰੀਮ ਕੋਰਟ ਦੀ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ ਆਈਆਂ ਨੇ। ਉਹਨਾਂ ਦੀ ਸਭ ਤੋਂ ਵੱਡੀ ਮੇਨ ਕੰਸਰਨ ਇਹ ਹੈ ਕਿ ਸਾਨੂੰ ਕੋਈ ਕਮੇਟੀ ਵਿੱਚ ਨਹੀਂ ਬੈਠਣਾ, ਸਾਨੂੰ ਕੋਈ ਨੈਗੋਸੀਏਸ਼ਨ ਨਹੀਂ ਕਰਨੀ, ਸਾਡੀ ਜਿਹੜੇ ਲਾਜ਼ ਨੇ ਅਸੀਂ ਉਹਨਾਂ ਨੂੰ ਰਿਪੀਲ ਕਰਨਾ, ਅਸੀਂ ਉਸ ਮੁੱਦੇ ਤੇ ਖੜੇ ਹਾਂ। ਤੇ ਜਿਹੜੀ ਕਮੇਟੀ ਦਾ ਦਾਇਰਾ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਇਹ ਮੇ ਬੀ ਟੂ ਡਾਇਵਰਸਿਫਾਈ ਔਰ ਡਾਇਲਿਊਟ ਦਾ ਇਸ਼ੂ ਦਿੱਤਾ, ਇਹ ਸਿਰਫ ਇੱਕ ਅਲੱਗ ਡਾਇਰੈਕਸ਼ਨ ਨੂੰ ਜਾਣ ਨੂੰ ਦਿੱਤਾ ਕਿ ਉਹ ਭਿੜਦੇ ਰਹਿਣ ਆਪਸ ਚ ਕਮੇਟੀਆਂ ਤੇ ਕਿਸਾਨ, ਤੇ ਇਸ ਕਰਕੇ ਗਵਰਨਮੈਂਟ ਹੈਜ਼ ਟੂ ਟੇਕ ਰਿਸਪੋਂਸਿਬਿਲਿਟੀ ਥੈਮਸੈਲਵਸ ਐਂਡ ਦ ਪਾਰਲੀਮੈਂਟ ਹੈਜ਼ ਟੂ ਟੇਕ ਐਨ ਐਕਸ਼ਨ ਫਾਰ ਦ ਰੀਪੀਲਿੰਗ ਆਫ ਦ ਲਾਜ਼। ਠੀਕ, ਆਖਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਲੇਕਿਨ ਤੁਹਾਡੇ ਮਨ ਚ ਹੋਵੇ ਸਾਡੇ ਦਰਸ਼ਕਾਂ ਨੂੰ ਉਹ ਵੀ ਕਹਿ ਸਕਦੇ? ਹਾਂਜੀ, ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਾਂਗੀ ਕਿ ਪਲੀਜ਼ ਵਰਲਡ ਵਾਈਡ ਤੁਸੀਂ ਜਿੰਨਾ ਪਟੀਸ਼ਨ ਫਾਈਲ ਕਰ ਸਕਦੇ ਹੋ ਕਿਸਾਨਾਂ ਲਈ, ਪ੍ਰੋਟੈਸਟ ਲਈ ਕੁਝ ਵੀ ਕਰ ਸਕਦੇ ਹੋ, ਭਾਵੇਂ ਉਹ ਇੱਕ ਬਲੌਗ ਰਾਈਟਿੰਗ ਹੋਵੇ, ਭਾਵੇਂ ਆਨਲਾਈਨ ਆ ਕੇ ਕੁਝ ਦੋ ਸ਼ਬਦ ਬੋਲਣੇ ਹੋਣ, ਭਾਵੇਂ ਉੱਥੇ ਔਨ ਗਰਾਊਂਡ ਜ਼ੀਰੋ ਲੈਵਲ ਤੇ ਜਾ ਕੇ ਉਹਨਾਂ ਕਿਸਾਨਾਂ ਨੂੰ ਕੰਬਲਾਂ, ਲੱਕੜ, ਜਿੰਨਾ ਵੀ ਹੋ ਸਕਦਾ ਸਾਡਾ ਫਰਜ਼ ਹੈ, ਕਿਉਂਕਿ ਸੰਘਰਸ਼ ਕਰਨਾ ਤੇ ਸੰਘਰਸ਼ ਬਾਰੇ ਸਿਰਫ ਗੱਲ ਕਰਨੀ ਤੇ ਐਕਚੁਅਲ ਫੀਲ ਕਰਨਾ ਉੱਥੇ ਔਨ ਗਰਾਊਂਡ ਬੈਠੇ ਨੇ, ਸਾਡਾ ਫਰਜ਼ ਹੈ, ਇਨਸਾਨੀਅਤ ਦਾ ਫਰਜ਼ ਹੈ। ਐਂਡ ਬੀਇੰਗ ਅ ਲਾਇਰ, ਇਟ ਇਜ਼ ਮਾਈ ਲੀਗਲ ਡਿਊਟੀ ਟੂ ਐਕਟ ਫਾਰ ਦ ਹਿਊਮਨ ਰਾਈਟਸ ਐਂਡ ਹਿਊਮੈਨਿਟੀ ਔਨ ਦ ਬਿਗਰ ਬ੍ਰੋਡਰ ਗਰਾਊਂਡ। ਥੈਂਕ ਯੂ ਜੀ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਮਾਂ ਦਿੱਤਾ। ਤੁਹਾਨੂੰ ਪਤਾ ਤੁਸੀਂ ਕਾਫੀ ਬਿਜ਼ੀ ਵੀ ਸੀ ਲੇਕਿਨ ਫਿਰ ਵੀ ਤੁਸੀਂ ਸਮਾਂ ਕੱਢਿਆ ਤੇ ਆਵਾਜ਼ੇ ਕੌਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹਾਂਜੀ, ਥੈਂਕ ਯੂ ਰਘਵੀਰ ਸਿੰਘ ਜੀ, ਧੰਨਵਾਦ। ਹਾਂਜੀ, ਦਰਸ਼ਕੋ ਇਸ ਗੱਲਬਾਤ ਕੀਤੀ ਆ ਤੇ ਅਸੀਂ ਉਹਨਾਂ ਦੇ ਵਿਚਾਰ ਤੁਹਾਡੀ ਕਚਹਿਰੀ ਵਿੱਚ ਰੱਖੇ ਆ। ਸੋ ਆਪਾਂ ਸਾਰੇ ਹੀ ਪੰਜਾਬ ਦੇ ਨਾਲ ਜੁੜੇ ਹਾਂ ਤੇ ਉਸ ਕਿਸਾਨੀ ਮੁੱਦੇ ਨਾਲ ਜੁੜੇ ਹਾਂ ਤੇ ਜਿੱਥੇ ਵੀ ਹੋ ਸਕਦਾ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਆ ਆਪਾਂ ਸੰਘਰਸ਼ ਦੀ ਹਮਾਇਤ ਕਰੀਏ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ, ਮਿਲਦੇ ਹਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।